आटे उटे दा नहीं मैनू पता महाराज साडा भी कोई उपा कर दो साडे भी विड़े च छान छान करवा दो ਉਹ ਕਿਹੜਾ ਓਏ ਤੂੰ ਖੜ ਜਾ ਓਏ ਭੱਜੀ ਨਾ ਹਣ ਕਰਨਾਇਆ ਸੀ ਮੈਂ ਓਏ ਤਾਂ ਮੇਰਾ ਪਰਵਾਰ ਦਾ ਮਸਲਾ ਦੋ ਕਿੰਨੀ ਵਾਰਾ ਕਿਹਾ ਘੱਟ ਪੀ ਲਿਆ ਕਰੋ ਨਾਲੇ ਆਪਦੀ ਸਿਹਤ ਖਰਾਬ ਕਰਦੇ ਨਾਲੇ ਸਾਨੂੰ ਮਾਵਾਂ ਧੀਆਂ ਨੂੰ ਬੁਰਾ ਭਲਾ ਬੋਲਦੇ ਆ ਚੁੱਪ ਕਰਕੇ ਤੁਰ ਜਾ ਐਵੇਂ ਨਾ ਮੈਂ ਤੋਂ ਤੌੜੀ ਲਵਾ ਲਈ ਮੇਰੀ ਤਾਂ ਸਾਰੀ ਉਮਰ ਝਿੜਕਾਂ ਲੈਂਦੀ ਦੀ ਲੰਘ ਗਈ ਜਿੱਦਣ ਦੀ ਇਸ ਘਰ ਵਿੱਚ ਆਈ ਆ ਇੱਕ ਦਿਨ ਵੀ ਸੁੱਖ ਨਹੀਂ ਵੇਖਿਆ ਕੀਰਾਂ ਤਾਂ ਮੈਂ ਬਿਕਰ ਕੇ ਮੈਂ ਢਾ ਲਈ ਭਰਾਵਾ ਆਏ ਆਏ ਕਰਕੇ ਉਹਦੇ ਮੂੰਹ 'ਚ ਪਾਵਾਂ ਥੁੰਨੀ ਜਾਵਾਂ ਉਹ ਕਿਉਂ ਖਾਂਦੀ ਹੈਗੀ ਉਧਰੋਂ ਉਹਨਾਂ ਨੂੰ ਪਤਾ ਲੱਗ ਗਿਆ ਪਤੰਤਰ ਟੰਬੇ ਲੈ ਕੇ ਆ ਗਏ ਪਰ ਜਿਗਰਾ ਦੇਖ ਮੇਰਾ ਆ ਮੈਂ ਤੇਰਾ ਛਾਪਾਖਾਨਾ ਛੱਡਿਆ ਨਹੀਂ ਮੈਂ ਫਿਰ ਵੀ ਚੱਕ ਕੇ ਲਿਆਂਗਾ ਪਸੇਰੀ ਭਾਰ ਓਏ ਭੋਲਾ ਕਾਹਤੋਂ ਬਣਦਾ ਮੇਰੂਆ ਤੈਨੂੰ ਕਾਹਨੂੰ ਪਤਾ ਤੇਰੀਆਂ ਕਰਤੂਤਾਂ ਦਾ ਐਡੀ ਮੇਰੇ ਤੋਂ ਕੀ ਗਲਤੀ ਹੋ ਗਈ ਜੀ ਯਾਰ ਤੂੰ ਪਿੰਡ ਦੇ ਜਵਾਕ ਮਾੜੀ ਹੈ ਨਾ ਹਜੇ ਤੂੰ ਕਹਿਣਾ ਮੇਰੀ ਗਲਤੀ ਹੈ ਉਹ ਤੂੰ ਤਾਂ ਆਪਦੇ ਘਰ ਨੂੰ ਕੰਜਰਖਾਨਾ ਬਣਾ ਰੱਖਿਆ ਨਿਤ ਨਵੀਂ ਤੀਵੀਂ ਲੈ ਕੇ ਆਉਣਾ ਔਰ ਪਿੰਡ ਦੇ ਜਵਾਕਾਂ ਦਾ ਕੀ ਅਸਰ ਪਊਗਾ ਉਹ ਤੂੰ ਐਂ ਦੱਸ ਪਰਸੋਂ ਰਾਤ ਨੂੰ ਕਿਹੜੀ ਜਨਾਨੀ ਲੈ ਕੇ ਆਇਆ ਸੈਂ ਹੁਣ ਨੀਵੀਂ ਜੀ ਕੋਈ ਪਾਉਣਾ ਹੈ ਪੰਚਾਇਤ ਦਾ ਇਹੀ ਫੈਸਲਾ ਹੈ ਵੀ ਤੂੰ ਪਿੰਡ ਛੱਡ ਕੇ ਇਸੇ ਵਕਤ ਹੁਣੇ ਚਲਾ ਜਾ ਰੁਕ ਜਾ ਸਰਦਾਰਾ ਲਾਉਣਾ ਬਾਈ ਕਿੱਥੇ ਖਾਂਦਾ ਸੌਖਾ ਬੰਦਾ ਦੂਜਾ ਮਾਲ ਖਾਂਦਾ ਲੈ ਚੱਕ ਗੱਡੀ ਮੇਰੂ ਛੜੇ ਨੂੰ ਬਾਜਾਂ ਮਾਰੀ ਜਾਂਦੀ ਆ ਇਹਨੂੰ ਵਿਚਾਰੀ ਨੂੰ ਕੀ ਪਤਾ ਇਹਦੇ ਕੀ ਤੁਰ ਜਾ ਭਾਲ ਦੀਆ ਝੋਟੇ ਘਰੋਂ ਲੱਥੀਆਂ ਪਰ ਇੱਕ ਗੱਲ ਹੈ ਯਾਰ ਬਣਜਾਰਨ ਹੈ ਬਹੁਤ ਸੋਹਣੀ ਰੱਬ ਨੇ ਮਹੀਨੇ ਦੀ ਛੁੱਟੀ ਲੈ ਕੇ ਬਣਾਈ ਹੋਣੀ ਆ ਉੱਪਰ ਵੇ ਸਰਦਾਰ ਵੇ ਲੈ ਲਾ ਵੇ ਇੱਕ ਅੱਧੀ ਖੁਰਚਣੀ ਸਰਦਾਰ ਨਹੀਂ ਤੂੰ ਦਲੀ ਤੋੜੀ ਖੁਰਚ ਲੈ ਕਰੂਗੀ ਵੇ ਬੋਲਦਾ ਕਿਉਂ ਨਹੀਂ ਸਰਦਾਰਾ ਵੇ ਨਾ ਦੇਈ ਕੋਈ ਪੈਸਾ ਧੇਲਾ ਇੱਕ ਅੱਧੀ ਬਿਆਈ ਰੋਟੀ ਦੇ ਛੱਡ ਇਹ ਤਾਂ ਭਾਵੀਆਂ ਛੜੇ ਦੇ ਪਰੌੜੇ ਇਹਦੇ ਤੋਂ ਭਲਾ ਆਪਣੀ ਰੋਟੀ ਨਹੀਂ ਪੱਕਦੀ ਦੇਖੋ ਉਹ ਵੜ ਗਈ ਮੇਰੂ ਕੀ ਕਰੇ ਲਾ ਪੈ ਗਈ ਛੜ ਦੇ ਬਸ ਹੁਣ ਪਹੁ ਰੌਲਾ ਹੋਊਗੀ ਲਾ 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 ਹੁਣ ਪੱਕਾ ਸਰਦਾਰਾ ਵੇ ਸਰਦਾਰਾ ਮੈਂ ਬੋਲ ਤਾਂ ਪੈ ਵੇ ਮੈਨੂੰ ਤਾਂ ਲੱਗਦਾ ਤੂੰ ਘਰ ਵਾਲੀ ਨਾਲ ਰੁੱਸ ਕੇ ਬੈਠਾ ਸਰਦਾਰ ਨਹੀਂ ਹੈ ਨਹੀਂ ਸਰਦਾਰ ਨਹੀਂ ਹੈ ਕਿੱਥੇ ਲੁਕੀ ਬੈਠੀ ਹੈ ਨੀ ਲੈ ਲੈ ਨੀ ਕੋਈ ਤੱਕਲਾ ਖੁਰਚਣਾ ਨੀ ਪਾ ਦੇ ਨੀ ਦੋ ਬੁੱਕ ਆਟੇ ਦੇ ਨਹੀਂ ਤਾਂ ਦੋ ਬੇਈਆਂ ਰੋਟੀਆਂ ਦੇ ਛੱਡ ਐ ਨਹੀਂ ਕਰੇ ਕੋਈ ਕੀ ਗੱਲ ਸਰਦਾਰਾ ਕਿਤੇ ਆਂਢ ਗਵਾਂਢ ਗਈ ਏ ਡੀਕ ਲੈਣੀ ਆ ਪਰ ਆਟਾ ਤਾਂ ਮੈਂ ਲੈ ਕੇ ਜਾਵਾਂਗੀ ਆਂਢ ਗਵਾਂਢ ਨਹੀਂ ਗਈ ਹੈ ਹੀ ਨਹੀਂ ਉਹ ਹੈ ਹੀ ਨਹੀਂ ਇਹ ਕੀ ਮਤਲਬ ਹਰ ਚੀਜ਼ ਦਾ ਮਤਲਬ ਨਹੀਂ ਹੁੰਦਾਗਾ ਕੋਈ ਚੀਜ਼ਾਂ ਕਿਸਮਤ ਦੇ ਵਿੱਚ ਹੀ ਨਹੀਂ ਹੁੰਦੀਆਂ ਬੰਦੇ ਦੇ ਲੈ ਸਰਦਾਰਾ ਬੁਝਾਰਤੇ ਹੋ ਜੀਆਂ ਕੀ ਪਾਉਣਾ ਸਿੱਧਾ ਹੋ ਕੇ ਕਹਿ ਦੇ ਮੈਂ ਛੜਾਂ ਹਾਂ ਛੜਾਂ ਮੇਰੂ ਛੜਾ ਤੇ ਮੈਂ ਮਿੰਦੋ ਮਿੰਦੋ ਬਣਜਾਰਨ ਸਰਦਾਰਾ ਸਾਡੇ ਕਿਹੜਾ ਹਾਲ ਚੱਲਦੇ ਨੇ ਤੁਹਾਡੇ ਵਰਗੇ ਲੋਕਾਂ ਦੇ ਘਰਾਂ ਚੋਂ ਪੇਟ ਪਾਲਦੇ ਆ ਓਏ ਆ ਲੈ 20 ਰੁਪਏ
ਇਹਦਾ ਆਟਾ ਕੋਟਾ ਲੈ ਲਈ। ਸਰਦਾਰਾ ਤੂੰ ਕਿੰਨਾ ਚੰਗਾ, ਸਾਰੇ ਪਿੰਡ ਚ ਗੇੜਾ ਦਿਆ, ਕਿਸੇ ਨੇ ਆਟੇ ਦੀ ਚੂੰਡੀ ਨਹੀਂ ਪਾਈ। ਚੰਗਾ ਸਰਦਾਰਾ, ਜਿਉਂਦਾ ਵਸਦਾ ਰਹਿ। ਸਰਦਾਰਾ ਇੱਕ ਗੱਲ ਤੇ ਦੱਸ, ਤੂੰ ਛੜਾ ਜ਼ਰੂਰ ਹੈ ਪਰ ਲੱਗਦਾ ਨਹੀਂ। ਕਿਉਂ ਲੱਗਦਾ, ਕਿਉਂ ਨਹੀਂ? ਸਾਡਾ ਰੋਜ਼ ਦਾ ਪਿੰਡ ਗਲੀ ਦਾ ਕੰਮ ਹੈ ਸਰਦਾਰਾ, ਤੇ ਤੂੰ ਨੀਵੀਂ ਨਹੀਂ ਚੱਕੀ, ਨਹੀਂ ਛੜੇ ਤਾਂ ਅੱਖਾਂ ਨਾਲ ਗੱਲਾਂ ਕਰਦੇ ਨੇ। ਮੈਂ ਕਿਹੜਾ ਜਮਾਂਦਰੂ ਛੜਾ, ਬਸ ਕਿਸਮਤ ਕੁੰਡਾ ਖੜਕਾ ਕੇ ਮੁੜ ਗਈ। ਸਮਝ ਗਈ ਸਰਦਾਰਾ ਮੈਂ, ਲੱਗਦਾ ਘਰ ਵਾਲੀ ਛੱਡ ਕੇ ਚਲੀ ਗਈ। ਸਰਦਾਰਾ ਫਿਰ ਨੀਵੀਂ ਕਿਉਂ ਨਹੀਂ ਚੱਕਦਾ, ਕਿ ਸਾਨੂੰ ਗੱਡੀਆਂ ਵਾਲਿਆਂ ਨੂੰ ਮਨਹੂਸ ਸਮਝਦਾ ਹੈ ਤੂੰ? ਇਹੋ ਜਿਹੀ ਤਾਂ ਕੋਈ ਗੱਲ ਨਹੀਂ, ਪਰ ਕੁਝ ਸਮਾਜ ਨੇ, ਕੁਝ ਲੋਕਾਂ ਨੇ ਨੀਵੀਂ ਪਵਾਤੀ। ਜਾ ਵੇ ਸਰਦਾਰਾ, ਲੋਕਾਂ ਦੀ ਪਰਵਾਹ ਨਹੀਂ ਕਰੀਦੀ। ਜੇ ਅਸੀਂ ਗਰੀਬ ਲੋਕਾਂ ਦੀ ਪਰਵਾਹ ਕਰਨ ਲੱਗ ਜਾਈਏ ਨਾ ਤਾਂ ਭੁੱਖੇ ਮਰ ਜਾਈਏ। ਪਰਵਾਹ ਤਾਂ ਮੈਂ ਵੀ ਨਹੀਂ ਕਰਿਆ ਕਰਦਾ ਸੀ, ਪਰ ਇਹ ਲੋਕ ਛੜੇ ਨੂੰ ਇਨਸਾਨ ਹੀ ਨਹੀਂ ਸਮਝਦੇ। ਜੇ ਕਿਸੇ ਦੇ ਘਰੋਂ ਕੋਈ ਚੀਜ਼ ਲੈਣ ਚਲੇ ਜਾਓ ਨਾ, ਬੂਹੇ ਤੋਂ ਹੀ ਮੋੜ ਦਿੰਦੇ ਆ, ਸਾਡੀਆਂ ਜਨਾਨੀਆਂ ਤੇ ਪਰਛਾਵਾਂ ਨਾ ਪੈ ਜੇ। ਬਸ ਕੁਝ ਸਮਾਜ, ਕੁਝ ਲੋਕ ਸਾਡਾ ਸਾਥ ਨਹੀਂ ਦਿੰਦੇ, ਇਸੇ ਕਰਕੇ ਸਾਡਾ ਘਰੋਂ ਬਾਹਰ ਨਿਕਲਣ ਨੂੰ ਦਿਲ ਹੀ ਨਹੀਂ ਕਰਦਾ। ਚੰਗਾ ਵੇ ਸਰਦਾਰਾ, ਮੈਂ ਚੱਲੀ ਆ, ਦੁਪਹਿਰਾ ਚੜ ਆਇਆ, ਮੈਂ ਜਾ ਕੇ ਰੋਟੀ ਵੀ ਬਣਾ ਕੇ ਖਾਣੀ ਆ। ਮੈਂ ਤਾਂ ਤੇਰੇ ਜ਼ਖਮਾਂ ਨੂੰ ਛੇੜਤਾ। ਲੈ ਲੋ ਤੱਕਲੇ ਖੁਰਚਣੇ, ਕੋਈ ਪੀਪਿਆਂ ਦੇ ਢੱਕਣ ਲਵਾ ਲੋ ਨੀ ਬੀਬੀ। ਚਲੋ ਦੇਖੋ ਲੱਗਦਾ ਛੜੇ ਨੇ ਲੌਂਗ ਲੈਚੀ ਵਾਲੀ ਚਾਹ ਪਿਆਈ ਆ, ਸੁੱਖ ਨੀ ਲੱਗਦੀ ਅੱਜ। ਕੁੜਤੀ ਚ ਵਲ ਪੈ ਗਿਆ ਕਿਹੜੇ, ਮੂੰਹ ਸੰਭਾਲ ਕੇ ਗੱਲ ਕਰ ਵੇ ਸਰਦਾਰਾ, ਅਸੀਂ ਤਾਂ ਲੋਹਾ ਸਿੱਧਾ ਕਰ ਦਿੰਨੇ ਆ, ਤੇ ਤੂੰ ਤਾਂ ਚੀਜ਼ ਹੀ ਕੀ ਹੈ। ਨਾਲੇ ਅਸੀਂ ਬਣਜਾਰੇ ਹੁੰਨੇ ਆ, ਬਣਜਾਰੇ ਅਣਖਾਂ ਦੇ ਬਣਜਾਰੇ, ਅਸੀਂ ਅਣਖਾਂ ਪਿੱਛੇ ਜਾਣ ਦੇ ਵੀ ਦਿੰਨੇ ਆ ਤੇ ਜਾਣ ਲੈ ਵੀ ਲੈਨੇ ਆ। ਸਾਨੂੰ ਸਾਰਿਆਂ ਤੋਂ ਪਹਿਲੀ ਆਪਦੀ ਇੱਜ਼ਤ ਹੁੰਦੀ ਆ। ਬੜਾ ਕਰੰਟ ਆ ਦੇ ਤਾਂ ਸਰਦਾਰ, ਜਿੰਨਾ ਤਾਰਾਂ ਦੇ ਵਿੱਚ ਕਰੰਟ ਨਹੀਂ ਨਾ ਹੁੰਦਾ ਤੇ ਲੋਕ ਮੂੰਹ ਨਾਲ ਹੀ ਛਿੱਲ ਦਿੰਦੇ ਨੇ। ਉਹ ਨਹੀਂ ਨਹੀਂ ਜੀ, ਸਾਡਾ ਕੰਡਾ ਭਾਵ ਹੈ, ਇਹ ਸਾਡਾ ਯਾਰ ਛੜਾ, ਨਾਲੇ ਨਾਤਾ ਧੋਤਾ ਹੈ। ਮੇਰੂ ਨਾਲੋਂ ਅੱਧਾ ਕਿਲੋ ਜ਼ਮੀਨ ਵੀ ਜ਼ਿਆਦਾ ਆਉਂਦੀ ਆ, ਨਾਲੇ ਸਾਡੇ ਯਾਰ 'ਚ ਕੋਈ ਦਾਗ ਵੀ ਨਹੀਂ, ਮੇਰੂ ਤਾਂ ਦਾਗੀ ਬੰਦਾ। ਸਰਦਾਰਾ ਇਹ ਦੁਨੀਆ ਬਹੁਤ ਰੰਗੀ ਹੈ, ਕਿਸੇ ਤੇ ਘੱਟ ਦਾਗ ਹੈ ਤੇ ਕਿਸੇ ਤੇ ਵੱਧ ਦਾਗ ਹੈ, ਅਸੀਂ ਕੀ ਕਿਸੇ ਤੋਂ ਲੈਣਾ, ਅਸੀਂ ਤਾਂ ਆਪਣਾ ਪੇਟ ਪਾਲਣਾ। ਨਾਲੇ ਮੇਰੂ ਤੇ ਮੈਨੂੰ ਤਾਂ ਕੋਈ ਦਾਗ ਨਹੀਂ ਨਜ਼ਰ ਆਇਆ। ਦਾਗ ਨਜ਼ਰ ਨਹੀਂ ਆਇਆ, ਉਹਦੇ ਤੇ ਤਾਂ ਬੱਠਲ ਜਿੱਡਾ ਦਾਗ ਆ। ਬੱਠਲ ਜਿੱਡਾ ਸਰਦਾਰਾ, ਪਰ ਮੈਨੂੰ ਤਾਂ ਕੋਈ ਨਹੀਂ ਨਜ਼ਰ ਆਇਆ। ਉਹ ਮੈਂ ਦੱਸਦਾ ਤੈਨੂੰ, ਮੇਰੂ ਨੂੰ ਤਾਂ ਲੋਕਾਂ ਨੇ ਰੰਡੀ ਦੇ ਕੋਠੇ ਤੋਂ ਰੰਗੇ ਹੱਥੀ ਫੜ ਲਿਆ ਸੀ, ਮੂੰਹ ਸਿਰ ਬੰਨ ਕੇ ਕੰਧ ਟੱਪ ਕੇ ਭੱਜਿਆ। ਪਿੰਡ ਦੇ ਲੋਕਾਂ ਨੇ ਖਹਿੜਾ ਨਹੀਂ ਛੱਡਿਆ, ਅਗਲੇ ਘਰੇ ਵਗ ਗਏ। ਜਦੋਂ ਮੂੰਹ ਤੋਂ ਪਰਦਾ ਚੱਕਿਆ ਫੇਰ ਪਤਾ ਲੱਗਿਆ ਉਹ ਤਾਂ ਮੇਰੂ ਸੀ। ਲੋਕਾਂ ਨੇ ਮੂੰਹ ਕਾਲਾ ਕਰਕੇ ਖੋਤੇ ਤੇ ਬਿਠਾਉਣ ਨੂੰ ਤਿਆਰ ਹੋ ਗਏ ਸੀ ਉਹਨੂੰ। ਉਹ ਤਾਂ ਉਹਦੇ ਯਾਰ ਜੈਲਦਾਰ ਜੰਗ ਸਿੰਘ ਨੇ ਬਚਾ ਲਿਆ, ਪਰ ਉਹ ਤੋਂ ਬਾਅਦ ਬਾਈ ਉਹਨਾਂ ਦਾਰੀ ਤੋੜਤੀ ਸੀ। ਪਹਿਲਾਂ ਤਾਂ ਉਹ ਇਕੱਠੇ ਖਾਂਦੇ ਪੀਂਦੇ ਸੀ, ਪਰ ਜੈਲਦਾਰ ਇੱਜ਼ਤਦਾਰ ਬੰਦਾ ਸੀ, ਉਹਦੇ ਨਾਲ ਰਹਿ ਕੇ ਉਹਨੇ ਇੱਜ਼ਤ ਥੋੜ੍ਹਾ ਖਰਾਬ ਕਰਨੀ ਸੀ। ਕੁੱਤੇ ਕੰਮਾਂ 'ਚ ਨਾਲੇ ਤਾਂ ਮੇਰੂ ਨੇ ਆਪਦੀ ਇੱਜ਼ਤ ਗਵਾ ਲਈ ਤੇ ਨਾਲੇ ਆਪਦੀ ਜਨਾਨੀ। ਤੇ ਸਰਦਾਰਾ ਆਪਾਂ ਕਿਸੇ ਤੋਂ ਕੀ ਲੈਣਾ, ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਟੋਨੀ ਪੁੱਤ ਉਹ ਜਾ ਪਿੰਡ ਚ ਜਾ, ਕੋਈ ਆਟਾ ਉਟਾ ਲਿਆ ਮੰਗ ਕੇ। ਕਾਲੇ ਗੱਟਾ ਲੈ ਕੇ ਆਇਆ ਜੀ ਇੱਕ। ਗੱਟਾ? ਹਾਂਜੀ ਹਾਂਜੀ। ਕਿਹਨੇ ਦੇਤਾ? ਉਹ ਸਰਦਾਰ ਇੱਕ ਜੈਲਦਾਰ ਜੰਗ ਸਿੰਘ ਹੈਗਾ ਜੀ। ਉਹ ਇਹਨਾਂ ਸਰਦਾਰਾਂ ਕਰਕੇ ਤਾਂ ਆਪਣਾ ਪਰਿਵਾਰ ਪਲਦਾ ਧੀਏ। ਹਾਂ ਮਾਮੂ। ਉਹ ਟਾਈਮ ਨਾ ਆ ਜਾ ਕਰ, ਮੈਨੂੰ ਬਾਹਲੀ ਫਿਕਰ ਰਹਿੰਦੀ ਤੇਰੀ, ਹਾਲਾਤ ਬਹੁਤ ਖਰਾਬ ਆ। ਮਾਮੂ ਫਿਕਰ ਨਾ ਕਰੋ, ਥਾਰੂ ਭਾਣ ਜੀ ਸ਼ੇਰਨੀ ਜੈਸੀ ਹੈ। ਉਹ ਨਾਲੇ ਰੋਟੀ ਬਣਾ ਕੇ ਖਾ ਲਾ ਤੂੰ। ਹਾਂ ਮਾਮੂ ਬਣਾਤੀ ਹੂੰ। ਬਾਪੂ ਜਦੋਂ ਤੁਹਾਡੀ ਭਾਂਜੀ ਆਈ ਆ, ਆਪਣੇ ਲੱਗ ਕਿਉਂ ਰਹਿੰਦੀ ਹੈ? ਉਹ ਆਪਾਂ ਮੀਟ ਖਾਂਦੇ ਆ, ਹੱਡੀਆਂ ਖਿਲਾਰਦੇ ਆ, ਉਹ ਇਸ ਚੀਜ਼ ਤੋਂ ਨਫ਼ਰਤ ਮੰਨਦੀ ਆ, ਤਾਂ ਉਹ ਲੱਗ ਰਹਿੰਦੀ ਆ। ਸ਼ੁਕਰ ਹੈ ਬਾਪੂ, ਆਪਣੀ ਬਰਾਦਰੀ ਵਿੱਚ ਵੀ ਇਹੋ ਜਿਹੇ ਲੋਕ ਹੈ। ਉਹ ਪਾਣੀ ਲਿਆਈ ਇੱਥੋਂ, ਉਹ ਘੰਟਾ ਹੋ ਗਿਆ ਤੈਨੂੰ ਸੁਣਿਆ ਨੀ। ਆਲੋ ਜੀ ਪਾਣੀ। ਕਿੰਨੀ ਵਾਰਾਂ ਕਿਹਾ ਘੱਟ ਪੀ ਲਿਆ ਕਰੋ,
ਨਾਲੇ ਆਪਦੀ ਸਿਹਤ ਖਰਾਬ ਕਰਦੇ ਹੋ ਨਾਲੇ ਸਾਨੂੰ ਮਾਵਾਂ ਧੀਆਂ ਨੂੰ ਬੁਰਾ ਭਲਾ ਬੋਲਦੇ। ਚੁੱਪ ਕਰਕੇ ਤੁਰ ਜਾ, ਐਵੇਂ ਨਾ ਮੈਂ ਤੌੜੀ ਲਵਾ ਲਈ। ਮੇਰੀ ਤਾਂ ਸਾਰੀ ਉਮਰ ਝਿੜਕਾ ਲੈਂਦੀ ਦੀ ਲੰਘ ਗਈ, ਜਿੱਦਣ ਦੀ ਇਸ ਘਰ ਵਿੱਚ ਆਈ ਹਾਂ ਇੱਕ ਦਿਨ ਵੀ ਸੁੱਖ ਨਹੀਂ ਵੇਖੇ। 100 ਗੱਲਾਂ ਜ਼ਮੀਨ ਆ ਜੱਟ ਕੋਲੇ, ਸਾਰਾ ਪਿੰਡ ਤੈਨੂੰ ਜੈਲਦਾਰ ਨਹੀਂ ਜੈਲਦਾਰ ਨਹੀਂ ਕਰਦਾ, ਚੰਗੀ ਕੋਠੀ ਹੈ, ਹੋਰ ਤੈਨੂੰ ਕੀ ਚਾਹੀਦਾ। ਦੇਖੋ ਜੀ, ਜ਼ਮੀਨ ਜਾਇਦਾਦ ਨਾਲੋਂ ਇੱਕ ਔਰਤ ਨੂੰ ਉਸਦੇ ਪਤੀ ਦੇ ਪਿਆਰ ਦੀ ਜ਼ਰੂਰਤ ਹੁੰਦੀ ਹੈ, ਅਤੇ ਜਿਹੜਾ ਕਦੇ ਮੈਨੂੰ ਤੁਹਾਡੇ ਤੋਂ ਮਿਲਿਆ ਹੀ ਨਹੀਂ। ਉਹ ਤਾਂ ਬਹੁਤੀ ਭਕਾਈ ਜੀ ਨਾ ਮਾਰ, ਚੁੱਪ ਕਰਕੇ ਤੁਰ ਜਾ ਇੱਥੋਂ। ਨਾਲੇ ਉਹ ਪ੍ਰੀਤ ਕੀ ਕਰਦੀ ਹੈ, ਸਾਰਾ ਦਿਨ ਫੋਨ 'ਤੇ ਲੱਗੀ ਰਹਿੰਦੀ ਹੈ, ਕੋਈ ਉਹਦਾ ਵੀ ਖਿਆਲ ਰੱਖ ਲਿਆ ਕਰ। ਜਿੱਦਾਂ ਮੈਨੂੰ ਗੁੱਸਾ ਚੜ ਗਿਆ ਨਾ, ਮੈਂ ਤੁਹਾਡਾ ਦੋਵਾਂ ਮਾਵਾਂ ਧੀਆਂ ਦਾ ਸਿਰ ਪਾੜ ਕੇ ਰੱਖ ਦੂੰ। ਹੁਣ ਤੂੰ ਮੇਰੇ ਬੰਨੀ ਬਿਟਰ ਬਿਟਰ ਕੀ ਝੱਕੀ ਜਾਂਦੀ ਹੈ, ਜਾਂ ਤੁਰ ਜਾ ਇੱਥੋਂ। ਸਾਰੀ ਲਾਹ ਦੀ ਪੀਤੀ, ਹੁਣ ਚੰਗਾ ਕਰੜੇ ਜਿਹੇ ਲਾਉਣੇ ਪੈਣਗੇ ਦੋ ਦਿਨ। ਫੇਰ ਮੇਰੂ ਕੇ ਜਾ ਬੜੀ ਇਹ ਐਡਾ ਕੀ ਯਾਰ, ਮੇਰੂ ਸਲਮਾਨ ਖਾਨ ਹੈ ਵੀ ਜਿਹੜਾ, ਦਿੰਦੀ ਹੈ ਕਿਹੜਾ ਮੇਰੂ ਕੋਲੇ, ਦਿੰਦੀ ਹੈ ਕਿਹੜਾ ਮੇਰੂ ਕੋਲੇ। ਇਹ ਪਿੰਡ 'ਚ ਕੀ ਹੋਈ ਜਾਂਦਾ ਯਾਰ, ਕੁਛ ਸਮਝ ਨਹੀਂ ਆਉਂਦੀ। ਯਾਰ ਉਪਾਅ ਕਰਾਉਣਾ ਵੀ ਜ਼ਰੂਰੀ ਹੈ, ਫਿਰ ਐਂ ਤਾਂ ਰੋਜ਼ ਰੋਜ਼ ਤਵੇ 'ਤੇ ਹੱਥ ਮਚਾਉਣੇ ਵੀ ਔਖੇ ਨੇ। ਪਰ ਉਪਾਅ ਹੁਣ ਹੋਊ ਕਿਵੇਂ, ਉਪਾਅ ਵਾਸਤੇ ਵੀ ਪੈਸੇ ਚਾਹੀਦੇ ਨੇ। ਪੈਸੇ 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 ਪੈਸੇ, ਉਹ ਬੈਠੀ ਹੈ ਮੁਰਗੀ, ਉਹਦੇ ਲਾਉਣੇ ਆ ਸਿੰਗੀ, 4 ਪੰਪ ਮਾਰਾਂਗੇ। ਬੰਦਾ ਤਾਂ ਜੈਲਦਾਰ ਭਗਤ ਹੈ, ਮੋੜਦਾ ਤਾਂ ਆਪਾਂ ਨੂੰ ਹੈ ਨਹੀਂ। ਹਾਂਜੀ ਥਾਣੇਦਾਰ ਸਾਹਿਬ, ਮੇਰਾ ਪਿੰਡ ਮੇਰਾ ਪਰਿਵਾਰ ਹੈ, ਅਤੇ ਮੈਂ ਆਪਣੇ ਪਰਿਵਾਰ ਨੂੰ ਲੜਦਿਆਂ ਝਗੜਦਿਆਂ ਨਹੀਂ ਦੇਖ ਸਕਦਾ। ਕੋਈ ਉਹਨਾਂ ਦੋਨਾਂ ਭਰਾਵਾਂ ਦਾ ਆਪਸੀ ਮਾਮਲਾ ਹੈ, ਮੈਂ ਉਹਨਾਂ ਦੋਨਾਂ ਭਰਾਵਾਂ ਨੂੰ ਬਿਠਾ ਕੇ ਨਿਬੇੜ ਦੂੰਗਾ। ਨਾ 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 ਥਾਣੇਦਾਰ ਸਾਹਿਬ, ਤੁਹਾਨੂੰ ਆਉਣ ਦੀ ਜ਼ਰੂਰਤ ਨਹੀਂ। ਓਕੇ, ਥੈਂਕ ਯੂ ਥੈਂਕ ਯੂ। ਸਤਿ ਸ਼੍ਰੀ ਅਕਾਲ ਅਮਲੀਆ, ਕੀ ਹਾਲ ਹੈ? ਜੈਲਦਾਰ ਸਾਹਿਬ, ਤੁਹਾਡੇ ਹੁੰਦਿਆਂ ਭਲਾ ਸਾਡੇ ਹਾਲ ਕਿਵੇਂ ਮਾੜੇ ਹੋ ਸਕਦੇ ਆ, ਜਦ ਰੱਬ ਵਰਗੇ ਇਨਸਾਨਾਂ ਦਾ ਹੱਥ ਸਿਰ ਤੇ ਹੋਵੇ। ਅਮਲੀਆ, ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ, ਐਵੇਂ ਨਹੀਂ ਰੱਬ ਨਾਲ ਤੁਲਨਾ ਕਰਦਾ। ਗੱਲ ਤਾਂ ਜੈਲਦਾਰ ਸਾਹਿਬ ਹੈਗੀ ਹੈ, ਜੇ ਤੁਹਾਡੀ ਮਿਹਰਬਾਨੀ ਹੋ ਜੇ ਮੈਂ ਵੀ 4 ਬੰਦਿਆਂ 'ਚ ਖੜਨ ਜੋਗਾ ਹੋ ਜਾ, ਮੈਨੂੰ ਵੀ ਘਰੋਂ ਆਵਾਜ਼ਾਂ ਆਉਣ ਵੀ ਪਾਪਾ ਰੋਟੀ ਖਾ ਲਾ। ਓਏ ਅਮਲੀਆ, ਆ ਕੀ ਬੁਝਾਰਤਾਂ ਪਾਈ ਜਾਂਦਾ, ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਤੇਰੀ। ਉਹ ਮੈਂ ਦੱਸਦਾ ਜੀ। ਓਏ ਅਮਲੀਆ, ਕਿਵੇਂ ਚੁੱਪ ਜੇ ਕਰ ਗਏ? ਉਹ ਤੁਹਾਡਾ ਯਾਰ ਮੇਰੂ ਛੜਾ ਨਹੀਂ ਆਉਂਦਾ। ਹੈ ਤਾਂ ਉਹੀ ਮਨੂਸ, ਪਰ ਇਹੋ ਜਿਹੇ ਬੰਦੇ ਨੂੰ ਤਾਂ ਮੱਥੇ ਲਾਇਆ ਵੀ ਮਾੜਾ, ਉਹ ਜਿਹਦਾ ਚਾਲ ਚੱਲਣੀ ਨਾ ਠੀਕ ਹੋਵੇ। ਇਹੋ ਜਿਹੇ ਬੰਦੇ ਨੂੰ ਤਾਂ ਪੁਰਾਣਾ ਯਾਰ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ। ਧੰਦ ਪਿੱਟਦਾ ਫਿਰਦਾ, ਇਹਦੇ ਕੀ ਪੂਰੀ ਰੋਂਦੇ ਨੇਗੇ, ਨਾਲੇ ਇਹਨੇ ਕੀ ਧੰਨ ਹਿੱਕ ਤੇ ਧਰ ਕੇ ਲੈ ਜਾਣਾ। ਓਏ ਅਮਲੀਆ, ਇਹੋ ਜਿਹੇ ਬੰਦੇ ਜ਼ਿਆਦਾ ਧੰਦ ਪਿੱਟਦੇ ਹੁੰਦੇ ਆ, ਜਿਹਦਾ ਕੋਈ ਅੱਗੇ ਪਿੱਛੇ ਨਾ ਹੋਵੇ। ਉਹ ਚੱਲ ਛੱਡ ਅਮਲੀਆ, ਤੂੰ ਦੱਸ ਤੂੰ ਕੀ ਕਹਿੰਦਾ ਸੀ? ਉਹ ਬਾਈ ਜੀ, ਮੈਂ ਤਾਂ ਐਂ ਕਹਿੰਦਾ ਸੀ ਵੀ ਮੇਰਾ ਵੀ ਘਰ ਵੱਸ ਸਕਦਾ ਜੇ ਤੁਸੀਂ ਥੋੜੀ ਜਿਹੀ ਮੇਰੀ ਮਦਦ ਕਰਦੇ। ਅਮਲੀਆ, ਕੀ ਬੁਝਾਰਤਾਂ ਪਾਈ ਜਾਂਦਾ, ਕਿਹੜੀ ਮਦਦ? ਹੋਣਾ ਜੀ, ਮੈਂ ਮੇਰੇ ਵਿਆਹ ਵਾਸਤੇ ਇੱਕ ਪੰਡਿਤ ਤੋਂ ਉਪਾਅ ਜਿਹਾ ਕਰਾਉਂਦਾ ਫਿਰਦਾ, ਅਤੇ ਮੈਨੂੰ ਉਹਦੇ ਵਾਸਤੇ ਪੈਸਿਆਂ ਦੀ ਲੋੜ ਸੀ ਥੋੜ੍ਹੀ। ਓਏ ਅਮਲੀਆ, ਆ ਪਈ ਤੇ ਕਿਹੜੀ ਤੁਰੀ ਆਉਂਦੀ ਆ ਕੁੜੀ? ਉਹ ਇਹ ਤਾਂ ਜੀ ਮਿੰਦੋ ਬਣ ਜਾ ਰਹਿਣਾ।
ਮਿੰਦੋ ਵਣਜਾਰਨ ਹਾਂ ਉਹ ਇੱਥੇ ਕੱਲੀ ਕਹਿਰੀ ਕੀ ਕਰਦੀ ਫਿਰਦੀ ਆ ਉੱਤੋਂ ਇੰਨਾ ਜ਼ਮਾਨਾ ਮਾੜਾ ਹੈ ਕੱਲੀ ਕਹਿਰੀ ਨਹੀਂ ਇਹ ਤਾਂ ਆਪਦੇ ਆਸ਼ਕ ਨੂੰ ਮਿਲਣ ਆਈ ਹੈ ਹਾਂ ਆਸ਼ਕ ਨੂੰ ਮੇਰੂ ਛੜੇ ਨੂੰ ਆ ਲਾ ਮਲੀਆ ਤੂੰ ਤਾਂ ਜਾ ਕੇ ਕਰਾ ਆਪਦਾ ਆਪਾ ਠੀਕ ਹੈ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਗੱਲ ਸੁਣ ਭਾਈ ਕੁੜੀਏ ਹਾਂ ਸਰਦਾਰ ਜੀ ਬੁਲਾਇਆ ਮੈਨੂੰ ਹਾਂ ਤੁਸੀਂ ਇਸ ਪਿੰਡ ਦੇ ਮਹਿਮਾਨ ਹੋ ਤੇ ਮੈਂ ਇਸ ਪਿੰਡ ਦਾ ਮੋਹਤਵਰ ਬੰਦਾ ਮੇਰਾ ਪੁੱਛਣ ਦਾ ਫਰਜ਼ ਬਣਦਾ ਹੈ ਕਿ ਤੂੰ ਚੱਲੀ ਕਿੱਥੇ ਹੈ ਸਰਦਾਰ ਮੈਂ ਤਾਂ ਮੇਰੂ ਛੜੇ ਦੇ ਖੇਤ ਚੱਲੀ ਆ ਪੱਠੇ ਲੈਣ ਇੱਕ ਨੰਬਰ ਦਾ ਵੈਲੀ ਬੰਦਾ ਹੈ ਮੇਰੂ ਹਾਏ ਮੈਂ ਮਰ ਜਾ ਸੱਚੇ ਸਰਦਾਰ ਮੈਨੂੰ ਤਾਂ ਵੈਲੀ ਬੰਦੇ ਬਾਹਲੀ ਪਸੰਦ ਨੇ ਵੈਲੀ ਬੰਦੇ ਦਾ ਤਾਂ ਅੰਦਾਜ਼ ਹੀ ਵੱਖਰਾ ਹੁੰਦਾ ਚੱਲ ਚੰਗਾ ਸਰਦਾਰ ਮੈਂ ਚੱਲੀ ਆਂ ਡੰਗਰ ਵੀ ਤੜਕੇ ਦੇ ਭੁੱਖੇ ਖੜੇ ਮੰਡੀ ਕਦੇ ਹੋਣ ਹਾਏ ਓ ਰੱਬਾ ਆ ਕਿੰਨੀ ਸੋਹਣੀ ਮੂਰਤ ਬਣਾਈ ਹੈ ਬਿਨਾਂ ਮੇਕਅਪ ਦੇ ਵੀ ਸਿਆਲਾਂ ਦੀ ਹੀਰ ਲੱਗਦੀ ਹੈ ਪਰ ਮੇਰੂ ਵਿੱਚ ਇਹਨੇ ਕੀ ਇਹੋ ਜਿਹਾ ਵੇਖ ਲਿਆ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਐ ਤੂੰ ਇੰਨੀ ਦੂਰ ਪੈਦਲ ਆਈ ਐ ਸਰਦਾਰ ਸਾਡੀ ਤਾਂ ਸਾਰੀ ਜ਼ਿੰਦਗੀ ਪੈਦਲ ਤੁਰਦਿਆਂ ਦੀ ਲੰਘ ਜਾਣੀ ਐ ਸਾਡੇ ਕਿਹੜਾ ਥੋੜੇ ਵਾਂਗੂ ਮੋਟਰਾਂ ਗੱਡੀਆਂ ਨੇ ਤੂੰ ਤਾਂ ਐਸ਼ ਕਰਦਾ ਸਰਦਾਰ ਐਸ਼ ਆਉਣ ਜਾਣ ਵਾਸਤੇ ਤੁਹਾਡੇ ਕੋਲੇ ਮੋਟਰਾਂ ਗੱਡੀਆਂ ਨੇ ਤੇ ਰਹਿਣ ਵਾਸਤੇ ਘਰ ਨੇ ਉਹ ਮੋਟਰਾਂ ਕਾਰਾਂ ਨਾਲ ਕਿੱਥੇ ਸਕੂਨ ਮਿਲਦਾ ਨਾ ਆਹ ਇੱਟਾਂ ਵੱਟਿਆਂ ਦੇ ਤੇ ਪੱਥਰਾਂ ਦੇ ਬਣੇ ਘਰਾਂ ਦੇ ਵਿੱਚ ਸਕੂਨ ਤਾਂ ਬੰਦੇ ਨੂੰ ਆਪਦੇ ਪਰਿਵਾਰ ਦੇ ਵਿੱਚ ਹੀ ਮਿਲਦਾ ਸਰਦਾਰਾ ਕਿੱਥੇ ਖੋ ਗਿਆ ਏ ਕਿਤੇ ਨਹੀਂ ਬਸ ਕੁਝ ਹਸੀਨ ਪਲਾਂ ਨੇ ਘੇਰ ਲਿਆ ਸੀਗਾ ਜ਼ਿੰਦਗੀ ਦੀਆਂ ਨੇ ਚੰਗਾ ਸਰਦਾਰ ਮੈਂ ਤਾਂ ਭੁੱਲ ਹੀ ਗਈ ਸੀ ਘਰੇ ਡੰਗਰ ਬੱਚਾ ਸਾਰਾ ਭੁੱਖਾ ਖੜਾ ਮੈਂ ਤਾਂ ਪੱਠੇ ਲੈਣ ਆਈ ਸਾਂ ਤੇ ਉਹ ਵੱਡੇ ਸਰਦਾਰਾਂ ਦਾ ਖੇਤ ਨਹੀਂ ਆਇਆ ਰਸਤੇ 'ਚ ਉੱਥੋਂ ਵੱਢ ਲੈਣੇ ਸੀ ਸਰਦਾਰਾ ਅਸੀਂ ਵੱਡਿਆਂ ਤੋਂ ਕੀ ਕਰਾਉਣਾ ਸਾਨੂੰ ਤਾਂ ਤੂੰ ਚੰਗਾ ਲੱਗਦਾ ਏ ਤੇ ਤੂੰ ਹੀ ਵੱਡਾ ਲੱਗਦਾ ਏ ਉਹ ਮੈਂ ਕਿੱਥੇ ਵੱਡਾ ਮੈਂ ਤਾਂ ਛੋਟਾ ਸਰਦਾਰ ਵੀ ਨਹੀਂ ਵੱਡੇ ਸਰਦਾਰ ਤਾਂ ਉਹ ਨੇ ਜਿਨ੍ਹਾਂ ਕੋਲੇ 200 ਕਿੱਲਾ ਜ਼ਮੀਨ ਦਾ ਮੇਰੇ ਕੋਲੇ ਤਾਂ 1.5 ਕਿੱਲਾ ਜ਼ਮੀਨ ਦਾ ਕਿਹੜੀਆਂ ਗੱਲਾਂ ਕਰਦਾ ਏ ਜ਼ਮੀਨਾਂ ਨਾਲ ਨਹੀਂ ਵੱਡੇ ਹੁੰਦੇ ਜ਼ਮੀਰਾਂ ਨਾਲ ਵੱਡੇ ਹੁੰਦੇ ਆ ਨਾਲੇ ਮੈਂ ਤਾਂ ਸੁਣਿਆ ਤੇਰੀ ਵੀ ਉਹਨਾਂ ਨਾਲ ਬੜੀ ਯਾਰੀ ਸੀ ਪਹਿਲਾਂ ਯਾਰੀ ਤਾਂ ਹਮੇਸ਼ਾ ਬਰਾਬਰ ਦਿਆਂ ਨਾਲ ਨਿਭਦੀ ਏ ਹਾਂ ਹੋਇਆ ਕਰਦੀ ਸੀ ਕਦੇ ਯਾਰੀ ਪਰ ਮੈਂ ਤਾਂ ਅੱਜ ਵੀ ਉਸੇ ਯਾਰੀ ਦੀ ਕਦਰ ਕਰਦਾ ਲੋਕਾਂ ਦੀ ਯਾਰੀ ਮਤਲਬ ਦੀ ਹੁੰਦੀ ਹੈ ਮੇਰੂ ਪਰ ਆਪਣੀ ਯਾਰੀ ਤੂੰ ਦੇ ਮੋਸ਼ੇ ਵਰਗੀ ਹੈ ਜਿਹੜੀ ਟੁੱਟ ਨਹੀਂ ਸਕਦੀ ਸਹੀ ਕਿਹਾ ਯਾਰਦਾਰਾ ਬਿਲਕੁਲ ਸਹੀ ਕਿਹਾ ਪਰ ਯਾਰ ਕਹਿਣਾ ਤਾਂ ਬਹੁਤ ਸੌਖਾ ਹੈ ਪਰ ਯਾਰੀਆਂ ਯਾਰਦਾਰਾਂ ਨਿਭਾਉਣੀਆਂ ਬਹੁਤ ਔਖੀਆਂ ਆਪਣੀ ਯਾਰੀ ਦੀਆਂ ਲੋਕ ਮਸਾਲਾਂ ਦਿਆ ਕਰਨਗੇ ਬਸ ਯਾਰਦਾਰਾ ਰੱਬ ਦੀ ਮਿਹਰ ਰਵੇ ਆਪਣੀ ਯਾਰੀ ਦੇ ਵਿੱਚ ਕਦੇ ਫਰਕ ਨਾ ਪਵੇ ਜੈਲਦਾਰਾ ਫਰਕ ਪੈਂਦਿਆਂ ਦਾ ਪਤਾ ਨਹੀਂ ਲੱਗਦਾ ਹੁੰਦਾ ਬਥੇਰੀਆਂ ਯਾਰੀਆਂ ਟੁੱਟਦੀਆਂ ਵੇਖੀਆਂ ਮੈਂ ਉਹ ਮੇਰੂ ਆ ਲਾ ਫੜ ਆ ਮੇਰੀ ਪੱਗ ਆਪਣੇ ਸਿਰ ਤੇ ਰੱਖ ਤੇ ਆਪਣੀ ਪੱਗ ਮੇਰੇ ਸਿਰ ਤੇ ਰੱਖ ਲੈ ਫਿਰ ਜੈਲਦਾਰਾ ਜੇ ਇਹ ਗੱਲ ਹੈ ਅੱਜ ਤੋਂ ਬਾਅਦ ਆ ਮੇਰੀ ਇੱਜ਼ਤ ਤੇਰੇ ਹੱਥ ਤੇ ਤੇਰੀ ਇੱਜ਼ਤ ਮੇਰੇ ਹੱਥ ਸੰਭਾਲ ਕੇ ਰੱਖੀ ਜੈਲਦਾਰਾ ਉਹ ਮੇਰੂ ਅੱਜ ਤੱਕਰ ਆਪਾਂ ਯਾਰ ਸੀ ਪਰ ਅੱਜ ਤੋਂ ਬਾਅਦ ਆਪਾਂ ਪੱਗ ਵੱਟ ਭਰਾ ਹੋ ਗਏ ਚੰਗਾ ਮੈਂ ਚੱਲਦਾ ਰਾਤ ਕਾਫੀ ਹੋ ਗਈ ਹੈ ਆ ਪਿੱਕ ਤਾਂ ਲਾ ਜਾ ਜੈਲਦਾਰਾ ਆਏ ਲਾ ਲੈਂਦੇ ਸਰਦਾਰ ਛੋਟਾ ਮੂੰਹ ਤੇ ਵੱਡੀ ਬਾਤ ਯਾਰੀ ਟੁੱਟ ਕਿਉਂ ਗਈ ਯਾਰੀ ਕਦੇ ਵੀ ਟੁੱਟਦੀ ਨਹੀਂ ਹੁੰਦੀ ਯਾਰ ਤਾਂ ਰੱਬ ਦਾ ਰੂਪ ਹੁੰਦੇ ਨੇ ਤੂੰ ਤਾਂ ਮੇਰਾ ਵੀ ਕੰਮ ਰੋਕ ਦਿੱਤਾ ਤੂੰ ਐਂ ਕਰ ਪੱਠੇ ਲੈ ਕੇ ਜਾਣੇ ਆ ਉੱਥੋਂ ਪੱਠੇ ਵੱਢ ਲਾ ਤੇ ਲੈ ਜਾ ਚੰਗਾ ਸਰਦਾਰ ਰੱਬ ਬਾਲਾ ਦੇਵੇ ਤੈਨੂੰ ਸਰਦਾਰਾ ਓ ਸਰਦਾਰਾ ਆ ਪੱਠਿਆਂ ਦੀ ਪੰਡ ਤਾਂ ਚੁਕਾ ਜਾ ਆਉਣਾ ਆਉਣਾ ਚੁਕਾਉਣਾ
राम 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 चकले शीशे तड़के ही लागी वाल पटन कदे भगवान दा राम नहीं ले लिया कर माता रानी की कृपा नाल ना जे तुसी कदे रब नु वेला होण दियो ताई तां मैं याद करा सारी दिहाड़ी रब नु वाणी पाई रख दियो ओ भगवान ने मजाक नहीं करदा रब नाल पाप लगूगा पाप हां सारा दिन रब रब पैसा पैसा ही करदे रहने हो ना कदे प्रीतो प्रीतो भी कर लिया करो ਮਸ਼ਕੀਨੀ ਲਾਉਂਦੀ ਰਿਹਾ ਕਰ ਮੇਰੇ ਤੇ ਭੜਕਾਉਣ ਵਾਸਤੇ ਰਾਮ 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 ਓਏ ਤੂੰ ਕਿੱਧਰ ਮੂੰਹ ਚੱਕਿਆ ਭਗਵਾਨ ਤੇਰੇ ਸਾਹਮਣੇ ਪ੍ਰਗਟ ਖੜੇ ਨੇ ਇਹ ਓ ਇੱਧਰ ਖੜੇ ਨੇ ਪਤਾ ਹੀ ਨਹੀਂ ਲੱਗਿਆ ਮਹਾਰਾਜ ਸਾਡਾ ਵੀ ਕੋਈ ਉਪਾਅ ਕਰ ਦਿਓ ਸਾਡੇ ਵੀ ਵਿਹੜੇ 'ਚ ਛਣ ਛਣ ਕਰਵਾ ਦਿਓ ਓਏ ਅਮਲੀਆ ਸਿੱਧਾ ਕਿਉਂ ਨਹੀਂ ਕਹਿੰਦਾ ਕਿ ਮੇਰਾ ਵਿਆਹ ਕਰਵਾ ਦੇ ਓ ਮਹਾਰਾਜ ਤੁਸੀਂ ਤਾਂ ਆਪ ਜਾਣੀ ਜਾਣੋ ਕਰਵਾ ਦਿਓ ਉਹ ਕਰਵਾ ਦੇਵਾਂਗੇ ਹੁਣੀਆਂ ਮੈਂ ਤੇਰਾ ਕਰਵਾ ਦੇਵਾਂਗੇ ਆਪਾਂ ਥੋੜਾ ਜਿਹਾ ਟੇਢਾ ਤੇ ਥੋੜਾ ਜਿਹਾ ਮਹਿੰਗਾ ਵਿਆਹ ਹੋਣਾ ਚਾਹੀਦਾ ਜੀ ਵਿਆਹ ਵਾਸਤੇ ਤਾਂ ਆਪਾਂ ਖੂਹ 'ਚ ਪੁੱਠੇ ਲਮਕਣ ਨੂੰ ਵੀ ਤਿਆਰ ਹੈ ਓਏ ਅਮਲੀਆ ਇੰਨਾ ਔਖਾ ਹੋਣ ਦੀ ਲੋੜ ਨਹੀਂ ਬਸ ਮੈਨੂੰ ਇੱਕ 500 ਦਾ ਨੋਟ ਦੇ ਤੇ ਇੱਕ ਹਰੇ ਰੰਗ ਦਾ ਫਲ ਗਊ ਮਾਤਾ ਨੂੰ ਖਵਾ ਦੇ ਫੇਰ ਵੇਖੀ ਤੇਰੇ ਕਰਮਾਂ ਦੇ ਵਿੱਚ ਕਿੰਨੀ ਸੋਹਣੀ ਜਨਾਨੀ ਦਾ ਯੋਗ ਹੈ ਬਸ ਤੇਰੇ ਸੰਯੋਗ ਬੰਨੇ ਪਏ ਆ ਮਿੰਟਾਂ 'ਚ ਖੋ ਦੂੰ ਮੈਂ ਆਏ ਬਸ ਇੰਨਾ ਹੀ ਕੰਮ ਹੈ ਜੀ ਆ ਲਓ 500 ਰੁਪਇਆ ਤੇ ਮੈਂ ਚੱਲਿਆ ਹਰੇ ਫਲ ਦਾ ਪ੍ਰਬੰਧ ਕਰਨ ਓਏ ਕਿੱਧਰ ਗਿਆ ਲੈ ਦੱਸ ਵਿਆਹ ਦਾ ਇੰਨਾ ਚਾਓ ਪਤੰਦਰ ਜਹਾਜ਼ ਹੀ ਬਣ ਗਿਆ ਹੈ ਇੱਕ ਵਾਰ ਵਿਆਹ ਹੋ ਤਾਂ ਲੈਣ ਦੇ ਫੇਰ ਪਤਾ ਲੱਗੂਗਾ ਚਲੋ ਬਣੀ ਤਾਂ ਹੋਈ ਰਾਮ 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 ਸਰਦਾਰ ਕਿੱਥੇ ਗਵਾਚਿਆ ਬੈਠਾ ਕਹਿੰਦੇ ਜੇ ਰੋਟੀ ਦਾ ਪਾਸਾ ਨਾ ਥੱਲੀਏ ਤਾਂ ਸੜ ਜਾਂਦਾ ਹੁਣ ਤਾਂ ਜ਼ਿੰਦਗੀ ਦਾ ਪਾਸਾ ਵੀ ਸੜਿਆ ਹੀ ਪਿਆ ਪਾਸਾ ਜ਼ਿੰਦਗੀ ਦਾ ਹੋਵੇ ਭਾਵੇਂ ਰੋਟੀ ਦਾ ਹੋਵੇ ਹਲਦੇ ਰਹਿਣਾ ਚਾਹੀਦਾ ਜੇ ਇਤਰਾਜ਼ ਨਾ ਹੋਵੇ ਤਾਂ ਰੋਟੀ ਮੈਂ ਬਣਾ ਦਿੰਨੀ ਆ ਐਵੇਂ ਹੱਥ ਸਾੜੀ ਜਾਣਾ ਨਹੀਂ ਨਹੀਂ ਮੈਂ ਬਣਾ ਲੂੰਗਾ ਲੈ ਆਵੇ ਸਰਦਾਰ ਪਰੇ ਤੇ ਹੋ ਜਾ ਆਵੇ ਸਰਦਾਰ ਆ ਕੋਈ ਰੋਟੀ ਬਣਾਈ ਆ ਜਿਵੇਂ ਟੁੱਟਿਆ ਹੋਇਆ ਪੀਪਾ ਹੋਵੇ ਅਸੀਂ ਤਾਂ ਢਿੱਡ ਭਰਨਾ ਹੁੰਦਾ ਅਸੀਂ ਕਿਹੜਾ ਰੋਟੀ ਨਮਾਇਸ਼ ਤੇ ਲਾਉਣੀ ਹੈ ਵੇ ਸਰਦਾਰ ਟੌਰ ਸ਼ੌਰ ਕੱਢ ਲਿਆ ਕਰ ਸਾਰਾ ਦਿਨ ਅੰਦਰ ਹੀ ਵੜਿਆ ਰਹਿਣਾ ਇਹ ਦੁਨੀਆ ਦੋ ਮੂਹੀ ਹੈ ਕਿਸੇ ਪਾਸੇ ਨਹੀਂ ਛੱਡਦੀ ਬੰਦੇ ਨੂੰ ਜੇ ਕਿਤੇ ਟੌਰ ਕੱਢ ਲਾਂ ਕਹਿਣਗੇ ਛੜਾ ਕਿਸੇ ਦੀ ਬਰਾਤ ਚੱਲਿਆ ਜੇ ਪਾਟੇ ਪੁੱਟੇ ਕੱਪੜੇ ਪਾ ਲਈਏ ਕਹਿਣਗੇ ਇਹਦੇ ਕਿਹੜਾ ਪੱਪੂ ਹੋਰੀ ਰੋਂਦੇ ਆ ਇਹਨੇ ਤਣ ਹਿੱਕ ਤੇ ਰੱਖ ਕੇ ਲੈ ਕੇ ਜਾਣਾ ਐਵੇਂ ਜੁੜੀ ਜਾਂਦਾ ਜਾਵੇ ਸਰਦਾਰ ਇੱਕ ਤਾਂ ਤੂੰ ਲੋਕਾਂ ਦੀ ਪਰਵਾਹ ਵਾਲੀ ਕਰਨਾ ਲੈ ਵੇ ਸਰਦਾਰ ਪਕਾਤੀਆਂ ਤੇਰੀਆਂ ਰੋਟੀਆਂ ਤੇ ਹੁਣ ਮੈਂ ਚੱਲੀ ਆ ਮੈਨੂੰ ਮਾਮੂ ਡੀਕਦਾ ਆਉਣਾ ਤੂੰ ਆਪਦੇ ਵਾਸਤੇ ਤਾਂ ਦੋ ਰੋਟੀਆਂ ਬਣਾ ਕੇ ਲੈ ਜਾ ਸਰਦਾਰ ਅੱਜ ਬੜੇ ਟਾਈਮ ਬਾਅਦ ਰੋਟੀਆਂ ਪਕਾ ਕੇ ਖਵਾਈਆਂ ਨੇ ਮੈਂ ਤਾਂ ਉਂਝ ਹੀ ਰੱਜ ਗਈ ਆ ਕੋਈ ਨਹੀਂ ਫਿਕਰ ਨਾ ਕਰ ਤੇ ਹੁਣ ਤੇਰੇ ਕੋਲ ਹੀ ਖਾਣੀਆਂ ਨੇ ਰੋਟੀਆਂ ਮੈਂ ਤੇਰੇ ਕੋਲ ਹੀ ਖਾਣੀਆਂ ਇਹਦਾ ਕੀ ਮਤਲਬ ਐਵੇਂ ਮਾਰ ਗਈ ਜਵਲੀਆਂ ਗੇਟ ਵੀ ਨਹੀਂ ਖੋਲਿਆ ਮੈਨੂੰ ਤਾਂ ਲੱਗਦਾ ਮੁੜਨਾ ਪੈਣਾ ਮੈਨੂੰ
ਥੱਲੇ ਲਵਾ ਲੋ ਲੈ ਲੈ ਤੱਕਲੇ ਕੁਰਚਣ ਬੇ ਲੈਣਾ ਸਰਦਾਰਾ ਕੁਝ ਹਾਂ ਹਾਂ ਲੈਣਾ ਆ ਜਾ ਆ ਜਾ ਕੀ ਲੈਣਾ ਸਰਦਾਰਾ ਆ ਹਾਈ ਜਿਹੜਾ ਵੱਡਾ ਹਰਾ ਚਮਚਾ ਜਿਹਾ ਜਾਵੇ ਸਰਦਾਰਾ ਤੈਨੂੰ ਤਾਂ ਦਾ ਨਾਂ ਵੀ ਨਹੀਂ ਪਤਾ ਇਹ ਤੱਕ ਪਾਉਣ ਵਾਲਾ ਕੱਢ ਛਾ ਤੇ ਹੋਰ ਹੀ ਕੁਝ ਕਹੀ ਆ ਇਹਨਾਂ ਤੋਂ ਚੱਲ ਅੱਗ ਪਾਉਣ ਵਾਲਾ ਖਰਚਾ ਵੀ ਦੇ ਦੇ ਆ ਵੀ ਦੇ ਦੇ ਲੈ ਵੇ ਸਰਦਾਰ ਆ ਵੀ ਦੇ ਦੇ ਆ ਵੀ ਫੜਾ ਆ ਵਾ ਆ ਵੀ ਦੇ ਆ ਵੀ ਦੇ ਦੇ ਤੱਕਲਾ ਵੀ ਇਹ ਤਾਂ ਤੱਕਲਾ ਸਰਦਾਰ ਇਹ ਵੀ ਦੇ ਦੇ ਕਿੰਨੇ ਪੈਸੇ ਬਣ ਗਏ ਸਰਦਾਰ ਪੈਸੇ ਕੀ ਕਰਨੇ ਆ 2 ਕਿਲੋ ਆਟਾ ਦੇ ਛੱਡ ਦੋ ਰੋਟੀਆਂ ਲਾ ਕੇ ਖਾ ਲਾਂਗੇ ਆਟੇ ਉੱਟੇ ਦਾ ਤਾਂ ਨਹੀਂ ਮੈਨੂੰ ਪਤਾ ਆ ਲੈ 500 ਰੁਪਏ ਇੱਕ ਗੱਲ ਪੁੱਛਾਂ ਗੁੱਸਾ ਤਾਂ ਨਹੀਂ ਕਰਦੀ ਸਰਦਾਰ ਜੀ ਅਸੀਂ ਕਾਹਦਾ ਗੁੱਸਾ ਕਰਨਾ ਪਰ ਮੈਂ ਜਦੋਂ ਤੈਨੂੰ ਦੇਖਿਆ ਨਾ ਮੈਨੂੰ ਤੇਰੇ ਨਾਲ ਪਿਆਰ ਜਾ ਹੋ ਗਿਆ ਨਾ ਨਾ ਸਰਦਾਰ ਜੀ ਆ ਪਿਆਰ ਪਿਆਰ ਦੀਆਂ ਗੱਲਾਂ ਸਾਨੂੰ ਨਹੀਂ ਸਮਝ ਚ ਪੈਂਦੀਆਂ ਉਹ ਮੇਰਾ ਮਤਲਬ ਹੈ ਕਿਉਂ ਮੇਰੂ ਛੜੇ ਮਗਰ ਲੱਗੀ ਫਿਰਦੀ ਹੈ ਇੱਕ ਵਾਰੀ ਹਾਂ ਕਰ ਚੰਡੀਗੜ੍ਹ ਕੋਠੀ ਦੇ ਵਿੱਚ ਰਾਣੀ ਬਣਾ ਕੇ ਰੱਖੂਗਾ ਰਾਣੀ ਸਰਦਾਰ ਕੀ ਕਰਨੀ ਅਸੀਂ ਕਾਰਾਂ ਕੋਠੀਆਂ ਸਾਨੂੰ ਤਾਂ ਸਾਡੀ ਜੁੱਗੀ ਮਹਿਲਾਂ ਵਰਗੀ ਹੈ ਨਾਲੇ ਮੇਰੂ ਤਾਂ ਮੈਨੂੰ ਉਂਝ ਹੀ ਚੰਗਾ ਲੱਗਦਾ ਹੋਰ ਕੁਝ ਨਹੀਂ ਉਹ ਮੈਂ ਸ਼ਰੀਫ ਤੇ ਪਿੰਡ ਦਾ ਜ਼ਿੰਮੇਵਾਰ ਬੰਦਾ ਉਹ ਵੈਲੀ ਤੇ ਲਫੰਡਰ ਸਰਦਾਰ ਜੀ ਮੈਂ ਤੈਨੂੰ ਪਹਿਲਾਂ ਹੀ ਕਹਿ ਰੱਖਿਆ ਕਿ ਮੈਨੂੰ ਤਾਂ ਵੈਲੀ ਬੰਦੀ ਪਸੰਦ ਨੇ ਫਿਰ ਤੈਨੂੰ ਪਾਉਣ ਦੀ ਖਾਤਰ ਜੇ ਮੈਨੂੰ ਵੈਲੀ ਵੀ ਬਣਨਾ ਪਿਆ ਤਾਂ ਉਹ ਵੀ ਬਣ ਜੂਗਾ ਸਰਦਾਰ ਜੀ ਵੈਲੀ ਬਣਨ ਤੇ ਵੈਲੀ ਹੋਣ ਵਿੱਚ ਬਹੁਤ ਫਰਕ ਆ ਉਹ ਲੱਗਦਾ ਹੁਣ ਤੈਨੂੰ ਪਾਉਣ ਦੀ ਖਾਤਰ ਸੱਚ ਦੱਸਣਾ ਹੀ ਪੈਣਾ ਉਹ ਮੇਰੂ ਕੋਈ ਵੈਲੀ ਨਹੀਂ ਉਹਨੇ ਤਾਂ ਅੱਜ ਤੱਕ ਗਿੱਲੇ ਗੋਹੇ ਤੇ ਪੈਰ ਨਹੀਂ ਧਰਿਆ ਲੋਕੀ ਤਾਂ ਕਹਿੰਦੇ ਫਿਰਦੇ ਨੇ ਸਰਦਾਰਾ ਉਹ ਕਿਸੇ ਦੀ ਕੰਧ ਟੱਪਦਾ ਫੜਿਆ ਗਿਆ ਤੇ ਤੂੰ ਕਹਿਣਾ ਉਹ ਵੈਲੀ ਨਹੀਂ ਤੇ ਉਹਦੇ ਘਰ ਵਾਲੀ ਵੀ ਚਲੀ ਗਈ ਹੈ ਕੰਧ ਉਹ ਕਾਹਨੂੰ ਟੱਪਿਆ ਸੀ ਗੱਲ ਕੁਝ ਹੋਰ ਹੀ ਹੈ ਉਹ ਤੈਨੂੰ ਹੁਣ ਮੈਂ ਦੱਸਦਾ ਕੀ ਹੈ ਸਰਦਾਰਾ ਸੱਚੀ ਗੱਲ ਮੈਂ ਜੈਲਦਾਰ ਤੇਰਾ ਪੱਗ ਵੱਟ ਭਰਾ ਮੈਨੂੰ ਤੇਰੀ ਯਾਰੀ ਦਾ ਵਾਸਤਾ ਪਿੰਡ ਦੇ ਲੋਕ ਮੇਰੇ ਮਗਰ ਲੱਗਿਆ ਮੈਨੂੰ ਮਾਰ ਦੇਣਗੇ ਮੈਨੂੰ ਬਚਾ ਲਾ ਬਈ ਜੈਲਦਾਰਾ ਉਹ ਮੈਨੂੰ ਪੂਰੀ ਗੱਲ ਤਾਂ ਦੱਸ ਹੋਇਆ ਕੀ ਹੈ ਤੇ ਹੁਣ ਕਰਨਾ ਕੀ ਹੈ ਗੱਲ ਦੱਸਣ ਦਾ ਸਮਾਂ ਨਹੀਂ ਮੇਰੂ ਤੂੰ ਆ ਫੜ ਕੇ ਸੀ ਤੇ ਬਾਹਰ ਜਾ ਕੇ ਮੇਰੇ ਬਾਰੇ ਕਿਸੇ ਨੂੰ ਦੱਸੀ ਨਾ ਤੈਨੂੰ ਮੇਰੀ ਪੱਗ ਦਾ ਵਾਸਤਾ ਜਦੋਂ ਜੈਲਦਾਰਾ ਤੂੰ ਪੱਗ ਦਾ ਵਾਸਤਾ ਪਾ ਹੀ ਦਿੱਤਾ ਹੈ ਤੂੰ ਐ ਪਿਛਲੇ ਗੇਟ ਨਿਕਲ ਜਾ ਮੈਂ ਆਪੇ ਸੰਭਾਲ ਲੂੰਗਾ ਜੈਲਦਾਰਾ ਮੇਰੇ ਤੋਂ ਤੇਰੇ ਤੋਂ ਇੰਨੀ ਉਮੀਦ ਨਹੀਂ ਸੀ ਕੀ ਗੱਲ ਹੋ ਗਈ ਕੀ ਉਮੀਦ ਨਹੀਂ ਸੀ ਐਡਾ ਭੋਲਾ ਕਿਉਂ ਬੰਦ ਹੈ ਅਸੀਂ ਤੇਰੇ ਉਦੋਂ ਦੇ ਪਿੱਛੇ ਲੱਗੇ ਆ ਕਿ ਤੂੰ ਛਿੰਦੋ ਕੋ ਕੋਠੇ ਛਾਲ ਮਾਰੀ ਹੈ ਕਿਉਂ ਤੂੰ ਹੀ ਸੀ ਨਾ ਮੇਰੇ ਬਾਰੇ ਕਿਸੇ ਨੂੰ ਦੱਸੀ ਨਾ ਤੈਨੂੰ ਮੇਰੀ ਪੱਗ ਦਾ ਵਾਸਤਾ ਨਹੀਂ ਸੀ ਇਹਦਾ ਮੂੰਹ ਕਾਲਾ ਕਰਕੇ ਪਿੰਡ 'ਚ ਗੇੜੇ ਕਢਾਓ ਉਹ ਕੀ ਹੋ ਗਿਆ ਕਿਉਂ ਇਹਦੇ ਦੁਆਲੇ ਖੜੇ ਹੋ ਓਏ ਆ ਜੈਲਦਾਰਾ ਵੇਖ ਲੈ ਤੇਰੇ ਯਾਰ ਦੀ ਕਰਤੂਤ ਹਜੇ ਮਹੀਨਾ ਵਿਆਹ ਨੂੰ ਹੋਇਆ ਤੇ ਲੋਕਾਂ ਦੀਆਂ ਕੰਧਾਂ ਟੱਪਦਾ ਫਿਰਦਾ ਓਏ ਉਹ ਵਿਚਾਰੀ ਸੱਜ ਵੇਈ ਕੀ ਸੋਚੂਗੀ ਤੁਸੀਂ ਮੇਰੇ ਕਹਿਣ ਤੇ ਇੱਕ ਵਾਰੀ ਇਹਨੂੰ ਮਾਫ ਕਰ ਦਿਓ ਜੈਲਦਾਰਾ ਤੂੰ ਆ ਪਿੰਡ ਦਾ ਜ਼ਿੰਮੇਦਾਰ ਬੰਦਾ ਤੇਰੇ ਕਹਿਣ ਤੇ ਇੱਕ ਵਾਰੀ ਮਾਫ ਕਰ ਦਿੰਦੇ ਚਲੋ ਵੀ ਆਓ ਚਲੀਏ ਹਾਂਜੀ ਸਰਦਾਰਾ ਤੂੰ ਤਾਂ ਮੇਰੀਆਂ ਅੱਖਾਂ ਹੀ ਖੋਲ ਦਿੱਤੀਆਂ ਤੇ ਮੈਂ ਤਾਂ ਬਹੁਤ ਵੱਡੇ ਭੁਲੇਖੇ 'ਚ ਤੁਰੀ ਫਿਰਦੀ ਸੀ ਕਾਸ਼ ਕਿਤੇ ਮੈਨੂੰ ਪਹਿਲਾਂ ਪਤਾ ਹੁੰਦਾ ਚੱਲ ਚੰਗਾ ਸਰਦਾਰਾ ਹੁਣ ਮੈਂ ਚੱਲਦੀ ਹਾਂ ਇਹ ਆ ਵੀ ਅਮਲੀਆ ਸਰਾ ਆ ਕੋਈ ਪਿੰਡ ਦੀ ਨਵੀਂ ਤਾਜੀ ਨਵੀਂ ਤਾਜੀ ਤਾਂ ਹੈਗੀ ਹੈ ਜੈਲਦਾਰਾ ਪਰ ਗੱਲ ਹੈ ਸੁਣੀ ਸੁਣਾਈ ਅੱਛਾ ਮੇਰੂ ਕੱਲ ਰਾਤ ਘਰੇ ਫੇਰ ਜਨਾਨੀ ਲੈ ਕੇ ਆਇਆ ਸੀਗਾ ਹਰਨਾਮੇ ਨੇ ਅੱਖੀ ਵੇਖਿਆ ਅੱਛਾ ਹਾਂ ਆਹ ਬੜਾ ਵਧੀਆ ਮੌਕਾ ਹੈ ਮੇਰੂ ਨੂੰ ਫੇਰ ਬਦਨਾਮ ਕਰਕੇ ਪਿੰਡ ਚੋਂ ਕਢਾਉਣ ਦਾ ਤੇ ਨਾਲੇ ਮੇਰਾ ਰਾਹ ਪੱਧਰ ਹੋ ਜੂਗਾ ਆਹ ਬਣਜਾਰ ਨੇ ਕਿਵੇਂ ਗੇੜੇ ਮਾਰਨ ਲੱਗ ਗਈ ਓਏ ਇਹ ਤਾਂ ਵਿਚਾਰੀ ਆਟਾ ਲੈਣ ਆਈ ਸੀ ਅੱਛਾ ਓਏ ਹੌਲੀ ਆ ਕੇ ਚੱਕੀ ਫਿਰਦਾ ਓ ਹਾਂ ਸੱਚ ਮੈਂ ਤਾਂ ਕਾਲੀ ਚ ਭੁੱਲ ਹੀ ਗਿਆ ਸੀ ਆਹ ਕੰਮ ਵੀ ਕਰਨਾ ਹੈ ਓ ਦੱਸਦਾ ਜਾ ਕੀ ਲਈ ਫਿਰਦਾ ਓ ਕੋਈ ਨਹੀਂ ਜਾਣਦਾਰਾ ਆ ਕੇ ਦੱਸਦਾ ਠੀਕ ਨਾ ਯਾਰ ਗਾਣੇ ਨਹੀਂ ਖਾਦਾ ਇਹਨੂੰ
ਇੱਥੇ ਧਰ ਦੇ। ਇੱਥੇ ਬਥੇਰੇ ਲੱਗਦੇ ਨੇ ਗੇ ਪਸ਼ੂ, ਇੱਥੇ ਤਾਂ ਕੋਈ ਨਾ ਕੋਈ ਖਾ ਹੀ ਲਊਗਾ। ਆ ਬੱਚੀ ਨਾਲੇ ਤਾਂ ਨਿਗਾਹ ਰਹਿ ਜੂਗੀ। ਐਕਸੀਡੈਂਟ ਕਰਾਉਣ ਨੂੰ ਬਥੇਰਾ ਲੰਘੀ ਜਾਣਗੇ ਇੱਥੋਂ ਜੀ। ਆ ਹੁਣ ਮੈਨੂੰ ਲੋੜ ਹੈਗੀ, ਕੋਈ ਆਉਂਦਾ ਨੀ। ਉਹ ਕੁੜੀ ਲਈ ਆਉਂਦੀ, ਉਹਦੇ ਕੋਲ ਚੱਲ, ਉਹਨੂੰ ਖਵਾਉਣੀ ਹੈ। ਕਾ ਖਾਊਗੀ ਉਹ? ਇਹ ਤਾਂ ਪਤੰਦਰ ਮੁੱਖ ਮੋੜ ਕੇ ਲੰਘ ਗਿਆ। ਐ ਕਰਦੇ ਆ, ਕਿਸੇ ਚਰਸਤੇ ਚ ਧਰ ਦਿੰਦੇ ਆ ਸੁੰਨੇ ਥਾਂ ਤੇ। ਜੇ ਆਪਾਂ ਐ ਧਰਤਾ, ਮੰਨ ਲਓ ਐ ਧਰ ਦਾਂਗੇ, ਉੱਥੇ ਆਪ ਹੋ ਜਾਂਗੇ ਦੂਰ। ਐ ਨਿਗਾਹ ਰੱਖਾਂਗੇ ਨਾ, ਐ ਤਾਂ ਫਿਰ ਉਹਨੂੰ ਕੁੱਟੂਣਾ ਸਮਝ ਕੇ ਉਈ ਚੱਕ ਹੀ ਲੈ ਜੂਗਾ ਵੀ ਖੋਪਾਗਾ। ਇਹ ਤਾਂ ਪੈਸੇ ਲੱਗੇ ਵੀ ਐਵੇਂ ਜਾਣਗੇ। ਹਾਂ ਵਿਕਰ ਕੇ ਚੱਲ ਜੀ, ਆਪਾਂ ਸੁੱਤੇ ਪਏ ਹੋਵਾਂਗੇ, ਦੁਪਹਿਰ ਮੱਝ ਨੂੰ ਖਵਾ ਦਿਆਂਗੇ ਤੇ ਆਪਣਾ ਕੰਮ ਸਫਲਾ ਹੋ ਜਾਊਗਾ। ਐਂ ਹੀ ਕਰਦੇ ਹਾਂ। ਖਾਲਾ ਨਾ ਕਰੇ, ਕਰੀ ਜਾਂਦੀ ਹੈ ਭੈਣ ਬਣ ਕੇ। ਇੱਕ ਦੰਦੀ ਲਾ ਲਾ, ਮੇਰਾ ਘਰ ਵਸਦਾ ਹੋ ਜੂ। ਲਾ ਲਾ ਇੱਕ ਦੰਦੀ। ਉਹ ਕਿਹੜਾ ਹੋਏ ਤੂੰ? ਮਾਮੂ ਮੈਂ ਪਿੰਡ ਚ ਗੇੜਾ ਲਾਇਆ ਵਾ, ਨਾਲੇ ਤਾਂ ਕੋਈ ਆਟਾ ਪੋਟਾ ਲਿਆਉ ਤੇ ਨਾਲੇ ਹੋਰ ਸਮਾਨ। ਬਾਪੂ ਇਹਨੂੰ ਕਹਿੰਦੇ ਉਹ ਛੜਾ ਬੰਦਾ, ਬੜਾ ਖਰਾਬ ਪਿੰਡ ਚ ਬਦਨਾਮ ਆ, ਉਹਦੇ ਘਰੇ ਨਾ ਜਾਇਆ ਕਰੇ। ਉਹ ਮੇਰੀ ਧੀ ਨੂੰ ਸਭ ਪਤਾ, ਕੌਣ ਚੰਗਾ ਕੌਣ ਮਾੜਾ। ਤੂੰ ਜਾ ਧੀਏ, ਇਹ ਤਾਂ ਮੈਂ ਭਕਾਈ ਮਾਰਦਾ। ਚੰਗਾ ਮਾਮੂ। ਬਾਪੂ ਤੂੰ ਮੇਰੇ ਵਿਆਹ ਬਾਰੇ ਸੋਚਦਾ ਨਹੀਂ, ਮੈਂ ਵੀ ਕੁਆਰਿਆ ਤੇ ਤੇਰੀ ਭਾਂਜੀ ਵੀ ਕੁਆਰੀ ਹੈ। ਮੈਂ ਹੁੱਕਾ ਮਾਰ ਕੇ ਤੇਰਾ ਸਿਰ ਪਾੜ ਦੇਣਾ ਈ, ਜਾ ਕਰ ਲੈ ਕੰਮ ਕੋਈ। ਸਰਦਾਰਾ ਘਰ ਵਾਲੀ ਦੀ ਯਾਦ ਨਹੀਂ ਆਈ ਕਦੇ? ਉਹਦੀ ਯਾਦ ਵੀ ਕੀ ਆਉਣੀ ਹੈ ਜਿਹੜੀ ਛੱਡ ਕੇ ਤੁਰ ਗਈ। ਯਾਦ ਕਿਉਂ ਨਹੀਂ ਆਈ? ਕੁਝ ਰਿਸ਼ਤੇ ਅਜਿਹੇ ਹੁੰਦੇ ਆ ਜਿਨ੍ਹਾਂ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ। ਉਹ ਭਾਵੇਂ ਮੈਨੂੰ ਛੱਡ ਕੇ ਤੁਰ ਗਈ, ਕਦੇ ਇਹ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਮਰਿਆ ਕਿ ਜਿਉਂਦਾ, ਪਰ ਮੈਂ ਅੱਜ ਤੱਕ ਉਹਨੂੰ ਭੁੱਲ ਨਹੀਂ ਸਕਿਆ। ਸਰਦਾਰਾ ਮੈਂ ਤਾਂ ਇਹ ਪੁੱਛਣ ਆਈ ਸੀ, ਸਾਰੇ ਪਿੰਡ 'ਚ ਗੱਲ ਉੱਡੀ ਫਿਰਦੀ ਹੈ। ਇਹੋ ਜਿਹੀ ਕਿਹੜੀ ਗੱਲ ਹੈ ਜਿਹੜੀ ਸਾਰੇ ਪਿੰਡ 'ਚ ਉੱਡੀ ਪਈ ਹੈ? ਸੱਚ ਤਾਂ ਨਹੀਂ ਆਉਂਦਾ ਸਰਦਾਰਾ, ਪਰ ਸਾਰਾ ਪਿੰਡ ਕਹਿੰਦਾ ਫਿਰਦਾ ਕਿ ਮੇਰੂ ਕੱਲ੍ਹ ਕੋਈ ਰਾਤ ਨੂੰ ਜਨਾਨੀ ਲੈ ਕੇ ਆਇਆ ਸੀ। ਲੋਕ ਤਾਂ ਐਵੇਂ ਭਕਾਈ ਮਾਰਦੇ ਆ, ਲੋਕਾਂ ਦਾ ਕੀ ਮੂੰਹ ਫੜ ਲੈਣਾ। ਸਰਦਾਰਾ ਖੰਭਾਂ ਤੋਂ ਡਾਰਾਂ ਬਣ ਜਾਂਦੀਆਂ ਨੇ, ਪਰ ਬਿਨਾਂ ਖੰਭਾਂ ਤੋਂ ਨਹੀਂ, ਗੱਲ ਤਾਂ ਕੋਈ ਨਾ ਕੋਈ ਹੋਏਗੀ। ਤੂੰ ਐਂ ਕਰ, ਜੇ ਆਟਾ ਉੱਟਾ ਲੈ ਕੇ ਜਾਣਾ ਤਾਂ ਲੈ ਜਾ, ਮੈਂ ਖੇਤ ਜਾਣਾ, ਮੈਂ ਜਲਦੀ ਚ ਆਂ। ਸਰਦਾਰਾ ਤੈਨੂੰ ਸੌਂ ਲੱਗੀ ਥਾਰੂ ਘਰ ਵਾਲੀ ਦੀ, ਸੱਚ ਸੱਚ ਦੱਸ ਦੇ ਮੈਨੂੰ ਕੀ ਗੱਲ ਆ। ਚੱਲ ਜੇ ਤੂੰ ਸੌਂ ਪਾ ਹੀ ਦਿੱਤੀ ਆ ਤੇ ਮੈਂ ਤੈਨੂੰ ਦੱਸ ਦਿੰਦਾ, ਪਰ ਇੱਕ ਗੱਲ ਦਾ ਧਿਆਨ ਰੱਖੀ, ਇਹ ਗੱਲ ਤੇਰੇ ਤੇ ਮੇਰੇ ਵਿੱਚ ਹੀ ਰਵੇ। ਮੈਨੂੰ ਤੇਰੇ ਘਰ ਵਾਲੀ ਦੀ ਸੌਂ ਕਿਸੇ ਨੂੰ ਨਹੀਂ ਦੱਸਦੀ ਸਰਦਾਰਾ। ਅੱਛਾ ਸਰਦਾਰਾ ਫਿਰ ਇੰਨਾ ਬਦਨਾਮ ਕਿਉਂ ਹੈ ਤੂੰ? ਕੋਈ ਬੰਦਾ ਨੀ ਤੈਨੂੰ ਘਰੇ ਵਾੜ ਕੇ ਰਾਜੀ, ਕੋਈ ਜਨਾਨੀ ਨੀ ਤੇਰਾ ਪਰਛਾਵਾਂ ਲੈ ਕੇ ਰਾਜੀ, ਜਾ ਤਾਂ ਫਿਰ ਇਹ ਲੋਕ ਤੈਨੂੰ ਸਮਝ ਹੀ ਨਹੀਂ ਸਕੇ। ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੇ ਆ ਲੋਕ, ਡੁੱਬਦੇ ਨੂੰ ਕੌਣ ਪੁੱਛਦਾ ਹੈ।
ਕਦੇ ਮੈਂ ਵੀ ਮੇਹਰ ਸਿੰਘ ਧਾਲੀਵਾਲ ਹੋਇਆ ਕਰਦਾ ਸੀ ਤੇ ਮੇਹਰ ਸਿੰਘ ਤੋਂ ਮੇਰੂ ਬਣ ਗਿਆ ਤੇ ਮੇਰੂ ਤੋਂ ਮੇਰੂ ਛੜਾ ਬਣ ਗਿਆ। ਲੋਕ ਬੜੀ ਨਫ਼ਰਤ ਕਰਦੇ ਆ ਛੜਿਆਂ ਦੇ ਨਾਲ, ਐਡੇ ਮਾੜੇ ਤਾਂ ਨਹੀਂ ਹੁੰਦੇ ਛੜੇ ਜਿੰਨੇ ਮਾੜੇ ਲੋਕ ਸਮਝਦੇ। ਚੱਲ ਸਰਦਾਰ ਚਿੱਤ ਹੌਲਾ ਨਾ ਕਰ, ਪਰਮਾਤਮਾ ਮਿਹਰ ਕਰੇ ਤੂੰ ਫਿਰ ਤੋਂ ਮੇਰੂ ਧਾਲੀਵਾਲ ਬਣ ਜਾਵੇਗਾ ਤੇ ਚੱਲਾਂਗਾ ਮੈਂ ਹੁਣ ਚੱਲਦੀ ਹਾਂ। ਪਿੰਡ ਚ ਹੋਕਾ ਵੀ ਦੇਣਾ, ਅੱਜ ਤਾਂ ਹਜੇ ਤੱਕ ਪਿੰਡ ਗਲੀ ਚ ਵੀ ਨਹੀਂ ਜਾਇਆ। ਚੰਗਾ ਖਿਆਲ ਰੱਖੀ ਆਪਦਾ। ਓਏ ਆ ਤਾਂ ਜਾਗਰਾ ਯਾਰ, ਤੂੰ ਡਾਂਡੀ ਲਾ ਲਿਆ ਯਾਰ ਐਵੇਂ ਯਾਰ, ਨਾ ਇਹਨੂੰ ਗਾਂ ਖਾਂਦੀ ਹੈ ਨਾ ਮੱਝ ਖਾਂਦੀ ਹੈ, ਪਤਾ ਨਹੀਂ ਕਿਤੇ ਸਪਰੇਅ ਛਿੜਕੀ ਹੈ ਕੋਈ ਬੱਕਰੀ। ਨਾ ਯਾਰ ਬੱਕਰੀ ਨਾਲ ਧੱਕਾ ਹੋਜੂ, ਬੱਕਰੀ ਤੇ ਧੌਣ ਵਿਚਦੀ ਨਹੀਂ ਲੰਘਣਾ, ਇਹ ਸਾਇਜ਼ ਦਾ ਫਰਕ ਹੈ ਯਾਰ। ਚੱਲ ਯਾਰ ਉਹਦੇ ਨਾਲ ਹੀ ਗੱਲ ਕਰ ਦੇਵਾਂਗੇ ਜਾ ਕੇ। ਉਹ ਪੰਡਤਾ ਪੰਡਿਤ ਜੀ, ਉਹ ਲੈ ਖੁੱਲ੍ਹਾ ਹੀ ਪਿਆ ਤਾਂ। ਪੰਡਿਤ ਜੀ ਪੰਡਤਾ ਪੰਡਤਾ ਓਏ ਆਉਂਦਾ। ਓਏ ਅਮਲੀਆ ਕਿਉਂ ਰੌਲਾ ਪਾਇਆ ਤੂੰ, ਹੈ ਮੇਰੀ ਸਾਰੀ ਭਗਤੀ ਖਰਾਬ ਕਰਕੇ ਰੱਖਦੀ। ਉਹ ਪੰਡਤਾ ਤੇਰੀ ਤਾਂ ਯਾਰ ਭਗਤੀ ਖਰਾਬ ਹੋਈ ਹੈਗੀ, ਮੇਰੀ ਯਾਰ ਸਾਰੀ ਜ਼ਿੰਦਗੀ ਖਰਾਬ ਹੋਈ ਜਾਂਦੀ ਹੈਗੀ। ਓਏ ਕੀ ਹੋ ਗਿਆ ਤੇਰੀ ਜ਼ਿੰਦਗੀ ਨੂੰ ਹੁਣ? ਉਹ ਹੋਣਾ ਕੀ ਸੀਗਾ, ਆਹ ਹਫ਼ਤਾ ਹੋ ਗਿਆ ਮੈਨੂੰ ਆਹ ਬਾਹਰ ਲਈ ਫਿਰਦੇ ਨੂੰ, ਮੈਂ ਕਦੇ ਕਿਸੇ ਦੇ ਘਰੇ ਮਰ ਜਾਂਦਾ, ਮੈਂ ਕਦੇ ਬੱਕਰੀ ਮਗਰ ਲੱਗ ਜਾਂਦਾ, ਮੱਝ ਮਗਰ ਲੱਗ ਜਾਂਦਾ, ਇਹਨੂੰ ਤਾਂ ਕੋਈ ਖਾਂਦਾ ਹੀ ਨਹੀਂ ਗਾ ਯਾਰ। ਕੇਰਾਂ ਤਾਂ ਮੈਂ ਬਿਕਰ ਕੇ ਮੈਂ ਢਾ ਲਈ ਭਰਾਵਾ, ਆਏ ਆਏ ਕਰਕੇ ਉਹਦੇ ਮੂੰਹ 'ਚ ਪਾਵਾਂ ਥੁੰਨੀ ਜਾਵਾਂ। ਉਹ ਕਿਉਂ ਖਾਂਦੀ ਹੈਗੀ, ਉਧਰੋਂ ਉਹਨਾਂ ਨੂੰ ਪਤਾ ਲੱਗ ਗਿਆ, ਪਤੰਤਰ ਟੰਬੇ ਲੈ ਕੇ ਆ ਗਏ। ਪਰ ਜਿਗਰਾ ਦੇਖ ਮੇਰਾ, ਆ ਮੈਂ ਤੇਰਾ ਛਾਪਾ ਖਾਨਾ ਛੱਡਿਆ ਨਹੀਂ, ਮੈਂ ਫਿਰ ਵੀ ਚੱਕ ਕੇ ਲਿਆਇਆਂਗਾ ਪਸੇਰੀ ਭਾਰ। ਓਏ ਆਹੀ ਤਾਂ ਤੁਹਾਡੇ 'ਚ ਘਾਟ ਆਮਲੀ ਆ, ਉਹ ਫਲ ਛੋਟਾ ਲੈਣਾ ਸੀਗਾ, ਹੈ ਤੈਨੂੰ ਮੈਂ ਪੁੰਨਦਾਨ ਕਰਨ ਵਾਸਤੇ ਭੇਜਿਆ ਸੀ, ਨਾ ਕਿ ਗਊ ਦੀ ਹੱਤਿਆ। ਉਧਰ ਛੋਟਾ, ਹੁਣ ਤੂੰ ਮੇਰੇ ਕੱਦ ਕਾਠ ਤਾਂ ਛਡੋਲ ਤਾਂ ਦੇਖ, ਸਰੀਰ ਦੀ 6 ਫੁੱਟ ਦਾ ਹੈਗਾ। ਮੈਂ ਆਖਿਆ ਜੀ ਵੀ ਛੋਟਾ ਫਲ ਲੈ ਲਿਆ ਤੇ ਫਿਰ ਬਹੂ ਨਾ ਕਿਤੇ ਮਦਰੀ ਮਿਲ ਜੇ, ਆਹ ਚੱਕਰ 'ਚ ਲਿਆ ਸੀ। ਮੈਂ ਤਾਂ ਮਤੀਰਾ ਲੈਂਦਾ ਸੀਗਾ। ਉਹ ਬਈ ਭਗਤਾ ਤੇਰੇ ਵੱਸ ਦੀ ਗੱਲ ਨੀ ਗੀ, ਤੈਨੂੰ ਕੋਈ ਹੋਰ ਪਾ ਦੱਸਦੇ ਆ। ਤੁਸੀਂ ਹੋਰ ਦੱਸੋ ਜੀ, ਆਹ ਤਾਂ ਆਪਦਾ ਸਾਂਭੋ, ਮੈਥੋਂ ਨੀ ਇਹ ਲੋਟ ਆਉਂਦਾ ਹੈ, ਜਿਵੇਂ ਤੁਹਾਨੂੰ ਠੀਕ ਲੱਗਿਆ। ਮੈਨੂੰ ਤਾਂ ਸੌਖਾ ਹੱਲ ਦੱਸੋ ਕੋਈ। ਕਰਦੇ ਆ ਕੋਈ ਹੱਲ ਤੇਰਾ। ਆ ਕੀ ਆ ਹੁਣ ਲੈ ਅਮਲੀਆ, ਜਿਹੜੀ ਕੰਨਿਆ ਤੈਨੂੰ ਸੋਹਣੀ ਲੱਗੇ ਸੁਨੱਖੀ ਲੱਗੇ ਉਹਦੇ ਪੈਰਾਂ ਵਿੱਚ ਸਿੱਟ ਦੀ, ਪਰ ਇੱਕ ਸ਼ਰਤ ਆ, ਪਿੱਛਾ ਭੋਗੇ ਨਹੀਂ ਦੇਖਣਾ ਬਿਲਕੁਲ ਵੀ, ਤੇਰੇ ਸੰਯੋਗ ਐਨ ਉਸ ਕੁੜੀ ਦੇ ਨਾਲ ਬਣ ਜਾਣਗੇ। ਬਸ ਫਿਰ ਪੰਡਿਤ ਜੀ, ਗੁੱਗੂ ਗਿੱਲ ਜਾਉਣਾ ਮੋੜ ਵਾਲੀ ਫਿਲਮ 'ਚ ਪਿੱਛੇ ਝਾਕ ਪਿਆ ਸੀਗਾ, ਪਰ ਜਾਗਰ ਨਹੀਂ ਝਾਕਦਾ। ਕੁਛ ਹੋ ਜੇ ਦੁਨੀਆ ਇੱਧਰ ਦੀ ਉੱਧਰ ਹੋ ਜੇ, ਪਰ ਮੈਂ ਹੁਣ ਧੌਣ ਨਹੀਂ ਪਿੱਛੇ ਕਰਨੀ ਬਸ। ਇਹੋ ਜੀ ਅੰਨੇ ਸਾਡੇ ਧੰਦੇ ਤੱਕ ਚੜ੍ਹਦੇ ਰਹਿਣਗੇ। ਮਾਤਾ ਰਾਣੀ ਮਿਹਰ ਕਰੇ। ਰਾਮ 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 ਰਾਮ। ਲੈ ਵੀ ਜਾਗਰਾ ਪੰਡਤ ਤੋਂ ਫੁੱਲ ਪਲੈਸਰ ਵਾਲਾ ਉਪਾਅ ਕਰਾ ਲਿਆਂਦਾ, ਹੁਣ ਤਾਂ ਬਸ ਪੀਪਣੀਆਂ ਵੱਜ ਗਈ ਲੈ। ਤੂ ਤੂ ਰੂ ਰੂ ਤੂ 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 ਤੋਰਾਂ ਤੂੰ ਤਾਂ ਮੈਨੂੰ ਲੱਗਦਾ ਯਾਰ ਵੀ ਜਿੰਨੇ ਸੁਣ ਲਈ ਹੋਏ ਜਾਗਰਾ ਤੇਰੀ, ਇਹਦਾ ਮਤਲਬ ਸ਼ਕਤੀ ਭਗਤੀ ਦੀ ਕੋਈ ਚੀਜ਼ ਹੁੰਦੀ ਹੈ, ਐਡਾ ਤੇਜ ਧਾਗਾ ਯਾਰ।
ਪੰਡਤ ਨੀ ਚਲੇ ਵੀ ਚੱਲੂ ਧਾਗਾ ਵੀ ਪੈਰਾਂ ਚ ਡਿੱਗ ਪਿਆ ਤੇ ਗੱਲ ਵੀ ਨਾ ਬਣੀ ਹੁਣ ਇਹਨਾਂ ਦੇ ਆਪਦੇ ਪਰਿਵਾਰ ਤੇ ਤਾਂ ਨੀ ਅਸਰ ਕਰਦਾ ਇਹ ਹੁਣ ਤਾਂ ਇਹਨਾਂ ਦਾ ਖਾਨਦਾਨ ਆ ਗਿਆ ਯਾਰ ਪੀਪਣੀਆਂ ਬਜਾਉਣੀਆਂ ਮਿਹਨਤ ਤਾਂ ਕਰਨੀ ਪੈਂਦੀ ਹੈ ਬਈ ਐ ਥੋੜਾ ਹੁੰਦਾ ਹੁਣ ਜਿਹੋ ਜਿਹਾ ਤੂੰ ਸੋਹਣਾ ਇਹੋ ਜਿਹੀ ਉਮਰ ਚ ਨਾ ਨਜ਼ਾਰਾ ਹੀ ਆ ਜਾਊਗਾ ਹੈਂ ਪਰ ਇਹ ਜਨਾਨੀ ਦੇ ਤਾਂ ਲੱਗਦੇ ਨੀ ਜਾਗਰਾ ਹਾਏ ਓਏ ਰੱਬਾ ਜਨਾਨੀ ਹੋਵੇ ਭਾਵੇਂ ਬੰਦਿਆਂ ਵਰਗੀ ਹੋਵੇ ਜੈਲਦਾਰ ਜੰਗ ਸਿੰਘ ਜੀ ਉਹ ਕਿਵੇਂ ਅਮਲੀਆ ਕਿਵੇਂ ਡਿੱਗਦਾ ਫਿਰਦਾ ਹੈ ਉਹ ਕੁਛ ਨਹੀਂ ਜੀ ਮੈਨੂੰ ਤਾਂ ਐਂ ਲੱਗਦੀ ਹੈ ਵੀ ਆ ਧਾਗਾ ਜਿਹਾ ਹੁਣ ਤੁਹਾਡੇ ਪੈਰਾਂ 'ਚ ਡਿੱਗ ਕੇ ਕੰਮੋਂ ਹੀ ਗਿਆ ਜੀ ਪੰਡਿਤ ਕੋਲ ਜਾਣਾ ਪਊਗਾ ਜੀ ਉਹ ਕਿਤੇ ਨਹੀਂ ਧਾਗੇ ਨੇ ਕੰਮ ਛੱਡਿਆ ਅਤੇ ਹੋਰ ਸੁਣਾ ਪਿੰਡ ਦੀ ਕੋਈ ਨਵੀਂ ਤਾਜੀ ਉਹ ਪਿੰਡ ਵਾਲੇ ਤਾਂ ਠੀਕ ਹੀ ਹੋਣਗੇ ਜੀ ਨਾਲੇ ਆਪਣੇ ਭਾਜੀ ਭਾਵੇਂ ਸਾਰਾ ਪਿੰਡ ਮਰ ਜੇ ਜੀ ਬਸ ਪੰਡਤ ਠੀਕ ਰਹੇ ਓਏ ਪੰਡਤ ਨੂੰ ਮਾਰ ਗੋਲੀ ਤੂੰ ਮੈਨੂੰ ਐਂ ਦੱਸ ਵੀ ਉਹ ਬਣਜਾਰੇ ਹੈਗੇ ਆ ਕਿ ਉੱਠ ਗਏ ਉਹ ਤਾਂ ਬੈਠੇ ਆ ਜੀ ਨਾਲੇ ਜੈਲਦਾਰ ਸਾਹਿਬ ਤੁਹਾਨੂੰ ਕੀ ਕੰਮ ਪੈ ਗਿਆ ਜੀ ਅਮਲੀਆ ਮੈਂ ਤੈਨੂੰ ਦੱਸਣ ਲੱਗਿਆ ਦਿਲ ਦੀ ਗੱਲ ਤੂੰ ਕਿਹੜਾ ਕਿਸੇ ਕੋਲੇ ਗੱਲ ਕਰਦਾ ਹੈ ਨਾ ਜੀ ਅਸਲ ਵਿੱਚ ਬਣਜਾਰ ਨਾਲ ਮੈਨੂੰ ਪਿਆਰ ਜੋ ਗਿਆ ਤੇ ਫਿਰ ਇਹਦੇ ਵਿੱਚ ਦਿੱਕਤ ਕੀ ਹੈ ਜੈਲਦਾਰ ਸਾਹਿਬ ਉਹ ਦਿੱਕਤ ਹੈ ਮੇਰੂ ਸਾਡੇ ਦੋਵਾਂ ਦੇ ਵਿਚਾਲੇ ਜੇ ਮੇਰੂ ਵਾਲਾ ਕੰਡਾ ਨਿਕਲ ਜੇ ਤਾਂ ਮੇਰਾ ਰਸਤਾ ਸਾਫ਼ ਹੋ ਜੇ ਪਰ ਜੇ ਕਿਤੇ ਮੇਰੂ ਦੀਆਂ ਕਰਤੂਤਾਂ ਉਹਨੂੰ ਦੱਸੀਆਂ ਜਾਣ ਨਾ ਤਾਂ ਫਿਰ ਉਹ ਮੇਰੂ ਤੋਂ ਆਪੇ ਪਾਸੇ ਹਟ ਜਾਊ ਉਹ ਨਾ ਜੀ ਨਾ ਕਰਤੂਤ ਕਰਤਾਤ ਦੱਸਣ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ ਆ ਕਈ ਦਿਨ ਹੋ ਗਏ ਇੱਕ ਦਿਨ ਮੇਰੂ ਕੇ ਘਰੋਂ ਨਿਕਲੀ ਉਹ ਮੈਂ ਤੇ ਮੇਰੇ ਯਾਰ ਦੋਸਤ ਉੱਥੇ ਹੀ ਬੈਠੇ ਸੀ ਹੁਣ ਮੇਰਾ ਤਾਂ ਘਰ ਉਹਦੇ ਨਾਲ ਹੈਗਾ ਤੇ ਮੈਂ ਉਹਨੂੰ ਦੱਸਦਾ ਵੀ ਮੇਰੂ ਇੱਕ ਦਿਨ ਰੰਡੀ ਦੇ ਕੋਠੇ ਤੋਂ ਰੰਗੇ ਹੱਥੀ ਫੜਿਆ ਗਿਆ ਸੀ ਅੱਛਾ ਮੈਨੂੰ ਪਤਾ ਬਣਾਸ ਮਾਰ ਕੇ ਕੀ ਕਹਿੰਦੀ ਕੀ ਕਹਿੰਦੀ ਕਹਿੰਦੀ ਹਮਕੋ ਨਹੀਂ ਫਰਕ ਪੜਦਾ ਉਹ ਤਾਂ ਇੱਥੋਂ ਬੋਲਦੀ ਹੈ ਅੱਛਾ ਹਾਂ ਇਹ ਤਾਂ ਗੱਲ ਨਹੀਂ ਬਣਨੀ ਫਿਰ ਐਂ ਕਰ ਅਮਲੀਆ ਤੂੰ ਤਾਂ ਫਿਰ ਕਰਾਬ ਦਾ ਧਾਗਾ ਜਾਂ ਸਿੱਧਾ ਤੇ ਮੈਂ ਜਾਂਦਾ ਸਰਪੰਚ ਕੋਲੇ ਕੱਢਦਾ ਮੇਰੂ ਦਾ ਕੰਡਾ ਜੈਲਦਾਰ ਨੂੰ ਕੀ ਜੇ ਹੋ ਗਿਆ ਯਾਰ ਬਣਜਾਰ ਨਾ ਜੈਲਦਾਰ ਮੇਰੂ ਯਾਰ ਇੱਥੇ ਇੱਕ ਨਹੀਂ ਜੁੜਦੀ ਇਹ ਪਤੰਦਰ ਪਿੰਡ ਦੇ ਠੇਕਾ ਲਈ ਫਿਰਦਾ ਹੈਗਾ ਚੱਲ ਚੱਲ ਅਮਲੀਆ ਬਾਪੂ ਆਪਣਾ ਹੁੱਕਾ ਪਾਣੀ ਚੱਕ ਲਾ ਆਪਾਂ ਚੱਲੀਏ ਦੂਜੇ ਪਿੰਡ ਕੱਚਾ ਰਸਤਾ ਵਾਰਡ ਬੋਰਡ ਨੂੰ ਮਾਮੂ ਕਿੱਥੇ ਜਾਣ ਦੀ ਤਿਆਰੀ ਆਪਾਂ ਨਹੀਂ ਜਾਣਾ ਕਿਤੇ ਇੱਥੇ ਹੀ ਰਵਾਂਗੇ ਨਹੀਂ ਧੀਏ ਆਪਣੇ ਕਰਮਾਂ 'ਚ ਕਿੱਥੇ ਇੱਕ ਥਾਂ ਤੇ ਟਿਕ ਕੇ ਬੈਠਣਾ ਦੋ ਦਿਨ ਲਾਵਾਂਗੇ ਆਪਾਂ ਪਿੰਡ ਮਲੋੜ ਫਿਰ ਚੱਲਾਂਗੇ ਮਾਣੀ ਖੇੜੇ ਨਹੀਂ ਮਾਮੂ ਦੋ ਕੁ ਦਿਨ ਹੋਰ ਰੁਕ ਜਾਓ ਫਿਰ ਚਲੇ ਜਾਵਾਂਗੇ ਜਿਹਨੇ ਜਾਣਾ ਜਾਓ ਜਿਹਨੇ ਰਹਿਣਾ ਰਹੋ ਆਪਾਂ ਤਾਂ ਚੱਲੇ ਮਾਮੂ ਮੈਂ ਕੁਝ ਘਰਾਂ ਦਾ ਸਮਾਨ ਦੇਣਾ ਐਵੇਂ ਸਰਦਾਰਨੀਆਂ ਗੁੱਸੇ ਹੋਣਗੀਆਂ ਨਾਲੇ ਮੈਂ ਉਹ ਦੇ ਆਵਾਂਗੀ ਬਾਪੂ ਕੋਈ ਸਮਾਨ ਨਹੀਂ ਦੇਣਾ ਇਹਨੇ ਐਵੇਂ ਝੂਠ ਮਾਰਦੀ ਆ ਆਪਾਂ ਤਾਂ ਚੱਲੇ ਕੀ ਹੋਇਆ ਧੀਏ ਕੁਝ ਨਹੀਂ ਮਾਮੂ ਹੌਲ ਜਿਹਾ ਪੈ ਗਿਆ ਸੀ ਲੱਗਦਾ ਕੁਝ ਮਾੜਾ ਹੋਣ ਵਾਲਾ ਮਾੜਾ ਹੋਵੇ ਆਪਣੇ ਦੁਸ਼ਮਣਾਂ ਦੇ ਜਿੰਨਾ ਚੱਕਰ ਮੈਂ ਬੈਠਾ ਤੇਰੀ ਬਾਵਨ ਨਹੀਂ ਵੇਖ ਸਕਦਾ ਧੀਏ ਕੋਈ ਕੋਈ ਨਾ ਧੀਏ ਜਿੰਨਾ ਚਿਰ ਤੂੰ ਕਹਿੰਦੀ ਆ ਓਨਾ ਚਿਰ ਆਪਾਂ ਰਵਾਂਗੇ ਚੰਗਾ ਮਾਮੂ
मैं समान दिया वा पिंड च। हाँ जी मैंबर साहब, पेंशन वाले सारे फार्म भरे गए? हाँ ठीक है, तकरीबन भरे गए। हाँ कोई रह ना जावे फिर कोई थोनू लंबा दे दे। नहीं सारे हो गए, सारे हो गए। सरपंच साहब, पेंशन वाला काम तो हो जूगा, पर छप्पड़ वाला काम है जो वड्डा मुद्दा है, वो पासे आसे आले लोग जगह रोकी आउंदे। और मुद्दे तो होर भी बथेरे आ सरपंच साहब, पर तुसी इन्हां वल कदे ध्यान ही नहीं दिता। की गल हो गई जेलदारा, कहना की चाहुंदा तू? कहना मैं ही चाहुंदा सरपंच साहब, और मेरू छड़े ने पिंड विच गंद पाया होया है, एक उहदे घरों वणजार निकलदी रखेल बना के रखी है, ते परसों रात नूं हनेरे च जनानी लेके आया। सानू नहीं सी पता इस बारे जैलदारा, इहदा वाकया ही गंभीर मसला है। देखो जी, आपां जाणदे आ जैलदार ने पिंड दा हर वार भला ही सोचिया। हाँ भी जैलदार, दस की करना? करना की है, सब तो पहला वणजारियां नूं पिंड चों कढ़ीए, उन्हां ने बहुत गंद पाया अपने पिंड दे विच। ओ ना ना, उन्हां दा की कसूर है बेचारां दा, ओ सिक्का तां आपदा ही खोटा है। मैं तां कहना टेंटे मकाओ, मेरू छड़े नूं कढ़ो पिंडों बाहर, ओ ना रहेगा बांस ते ना वजेगी बांसरी। इनू बाहर कढ़ना ही चाहिए पिंड चाहिए। हाँ जी हाँ जी सर, कढ़ो कढ़ो। आपां मेरू नूं इत्थे बुला लैणे आ पंचायत च, जे ओह कसूरवार होया आपां उहनूं बख्शांगे थोड़ी। ओ नेक काम च फिर काहदी देरी सरपंच साहब, कल्लो कोई बंदा बुलाओ मेरू नूं इत्थे पंचायत च। जा गुरमीत सिंह, लिया मेरू नूं बुला के, अज कर ही दईए फैसला। ठीक है जी, तू बैठ जैलदारा, आ जान दे उन्हूं, कर दे गल। मेरू तैनूं सरपंच ने बुलाया है। सरपंच ने? हाँ की गल हो गई? उत्थे तैनूं पता लगूगा। कंजरखाना बना रखे, नित नवी तीवी लेके आना, पिंड दे जवाकां दा की असर पऊगा? तू ऐ दस, परसों रात नूं कहिड़ी जनानी लै के आया, हुण नीवी जी कोई पाउणा है? दस वो जे नहीं पंचायत मूहरे बनना तो पुलिस बुला लेने, आपे मना लेंगे अगले। नहीं जी, पुलिस ना बुलाओ। वो जे छित्रां तो इन्ना ही डर लगता है, फिर आप ही दस दे कौन सी हो जिन्हों रात नूं लेके आया सी। मैं मानदा कि मैं लेके आया सीगा, मैनूं तुसी जो भी सजा दोगे मैनूं मंजूर है, पर मेरी मेहनत है, मेरे तो ये ना पूछियो वो कुड़ी सी कौन। ओ हुण जदों तू मान ही गया फिर असीं पुछ के की लेना है। क्यों जी सरपंच साहब, सुनाओ फैसला। देख मेरू, गलती तां तेथों होई है, पंचायत दा यही फैसला है वी तू पिंड छड के इसे वक्त हुणे चला जा, ते ज्यौंदे जी मुड़ के पिंड च पैर ना पाई पिंड दी जूह दे विच। इज्जत करके पिंड छड के जा रहा, मेरू दी सच्चाई बारे मैं बहुत कुछ जानदी हां, पर तुसी नहीं जानदे। तू चुप कर गड्डियां वाले, अज मैं चुप नहीं रहांगी सरदारा। तुसी जानना चाहुंदे सी ना ਉਹ ਕੁੜੀ ਕੌਣ ਸੀ ਜਿਹਨੂੰ ਹਨੇਰੇ ਵਿੱਚ ਮੇਰੂ ਲੈ ਕੇ ਆਇਆ ਸੀ? ਮੈਂ ਦੱਸਦੀ ਹਾਂ। ਨਹੀਂ, ਮੇਰੀ ਮਿਹਨਤ ਹੈ ਤੇਰੇ ਅੱਗੇ, ਤੂੰ ਨਾ ਦੱਸੀ, ਨਾਲੇ ਤੂੰ ਸਹੁੰ ਖਾਧੀ ਸੀ ਮੇਰੇ ਘਰ ਵਾਲੀ ਦੀ,
ਕਿ ਮੈਂ ਨਹੀਂ ਦੱਸੂਗੀ ਸੱਚਾਈ। ਸੌ ਤਾਂ ਮੈਂ ਤੇਰੀ ਘਰਵਾਲੀ ਦਿਖਾ ਦੀ ਸੀ ਜਿਹੜੀ ਤੇਰੇ ਵਾਸਤੇ ਪਹਿਲਾਂ ਹੀ ਮਰ ਚੁੱਕੀ ਆ। ਤੂੰ ਚੁੱਪ ਕਰ ਸਰਦਾਰਾ, ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਕੇ ਰਹੇਗਾ। ਭਾਈ ਕੁੜੀਏ, ਜਲਦੀ ਦੱਸ ਸਾਨੂੰ ਜੋ ਦੱਸਣਾ ਹੈ, ਪੰਚਾਇਤ ਨੂੰ ਹੋਰ ਵੀ ਬਹੁਤ ਕੰਮ ਹੈ। ਉਹ ਕੁੜੀ ਕੋਈ ਹੋਰ ਨਹੀਂ ਸੀ, ਇਸੇ ਪਿੰਡ ਦੀ ਇੱਜ਼ਤ ਸੀ। ਮੇਰੇ ਉਸਨੂੰ ਨਿਲਾਮ ਨਹੀਂ ਕਰਨਾ ਚਾਹੁੰਦਾ ਸੀ ਤੇ ਮੇਰੇ ਉਸਨੂੰ ਸਮਝਾ ਬਜਾ ਕੇ ਆਪਣੇ ਘਰੇ ਵਾਪਸ ਲਿਆਇਆ। ਉਹ ਕਿਸੇ ਮੁੰਡੇ ਨਾਲ ਘਰੋਂ ਭੱਜ ਕੇ ਜਾ ਰਹੀ ਸੀ ਤੇ ਤੁਸੀਂ ਇਸ ਭਲੇ ਮਾਨਸ ਇਨਸਾਨ ਨੂੰ ਪਿੰਡੋਂ ਕੱਢਣ ਨੂੰ ਫਿਰਦੇ ਹੋ। ਆਪਣੇ ਪਿੰਡ ਦੀ ਕੁੜੀ? ਇਹ ਆਪਣੇ ਪਿੰਡ ਦੀ ਕੁੜੀ ਕੌਣ ਹੋ ਸਕਦੀ ਹੈ? ਓਏ, ਆਪਣੇ ਪਿੰਡ ਪੁੰਡ ਦੀ ਕੋਈ ਕੁੜੀ ਨਹੀਂ, ਇਹ ਝੂਠ ਮਾਰਦੀ ਆ ਗੱਡੀਆਂ ਵਾਲੀ। ਮੇਰਾ ਸਿਰ ਕੱਟਿਆ ਜਾ ਸਕਦਾ ਸਰਦਾਰਾ, ਪਰ ਮੈਂ ਝੂਠ ਨਹੀਂ ਬੋਲਦੀ। ਜਾ ਕੇ ਪੁੱਛ ਆਪਦੀ ਕੁੜੀ ਪ੍ਰੀਤੀ ਨੂੰ, ਉਸ ਰਾਤ ਕਿਹਦੇ ਨਾਲ ਜਾ ਰਹੀ ਸੀ। ਮਾਮਾ, ਮੇਰੀ ਕੁੜੀ? ਹਾਂ ਜੈਲਦਾਰ, ਉਹ ਤੇਰੀ ਕੁੜੀ ਸੀ। ਇਹਨੇ ਵੀ ਉਹੀ ਖਤਮ ਹੋਣਾ ਸੀਗਾ, ਪੂਰਾ ਵੱਧ ਪਵਾ ਲੈਂਦਾ। ਪਵਾਇਆ ਤਾਂ ਵੱਧ ਹੀ ਸੀ, ਉਹਨਾਂ ਤਾਂ ਊਠ ਨਹੀਂ ਪਾਣੀ ਪੀਂਦੇ ਜਿੰਨਾ ਇਹ ਤੇਲ ਪੀਂਦਾ। ਕੌਣ? ਪ੍ਰੀਤੀ, ਤੂੰ ਇਸ ਵੇਲੇ ਇੱਥੇ? ਤੇ ਮੁੰਡਾ ਕੌਣ ਹੈ? ਤਾਇਆ ਜੀ, ਇਹ ਮੁੰਡਾ ਰੱਤੇ ਟੋਬੇ ਤੋਂ। ਤੁਸੀਂ ਇਸ ਵੇਲੇ ਕਰਦੇ ਕੀ ਹੈ ਇੱਥੇ? ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤੇ ਮੈਨੂੰ ਪਤਾ ਡੈਡੀ ਨੇ ਕਦੇ ਨਹੀਂ ਮੰਨਣਾ ਸਾਡੇ ਵਿਆਹ ਨੂੰ, ਇਸ ਕਰਕੇ ਮੈਂ ਇਹਦੇ ਨਾਲ ਭੱਜ ਜਾਈ ਹਮੇਸ਼ਾ ਲਈ। ਫਿਰ ਕਿੰਨੇ ਸਮੇਂ ਤੋਂ ਜਾਣਦੀ ਹੈ ਤੂੰ ਇਸ ਮੁੰਡੇ ਨੂੰ? 3 ਮਹੀਨੇ ਤੋਂ ਤਾਇਆ ਜੀ। 3 ਮਹੀਨਿਆਂ ਤੋਂ? ਵਾਹ, ਸ਼ਾਬਾਸ਼ ਹੈ ਤੇਰੇ। 9 ਮਹੀਨੇ ਤੇਰੀ ਮਾਂ ਨੇ ਤੈਨੂੰ ਕੁੱਖ 'ਚ ਰੱਖਿਆ, ਕੀ ਉਹ ਪਿਆਰ ਨਹੀਂ ਸੀ? ਤੈਨੂੰ ਗੋਦੀ ਦੇ ਵਿੱਚ ਖੜਾਇਆ, ਉਂਗਲ ਫੜ ਕੇ ਤੈਨੂੰ ਤੁਰਨਾ ਸਿਖਾਇਆ, ਕੀ ਉਹ ਪਿਆਰ ਨਹੀਂ ਸੀ? ਲੱਖਾਂ ਰੁਪਈਆ ਤੇਰੀ ਪੜ੍ਹਾਈ 'ਤੇ ਖਰਚ ਕੀਤਾ, ਜਿੰਨਾ ਚਿਰ ਤੂੰ ਕਾਲਜ ਦੇ ਵਿੱਚੋਂ ਵਾਪਸ ਨਹੀਂ ਆਉਂਦੀ ਸੀ, ਤੇਰੇ ਮਾਂ ਬਾਪ ਤੇਰੀਆਂ ਰਾਹਾਂ ਤੱਕਦੇ ਰਹਿੰਦੇ ਸੀ, ਕੀ ਉਹ ਪਿਆਰ ਨਹੀਂ ਸੀ? ਜੇ ਤੂੰ ਇਸ ਮੁੰਡੇ ਨਾਲ ਚਲੀ ਗਈ, ਤੇਰੇ ਮਾਂ ਬਾਪ ਦਾ ਕੀ ਬਣੂਗਾ? ਲੋਕਾਂ ਨੇ ਤਾਂ ਤਾਨੇ ਮਾਰ ਮਾਰ ਕੇ ਉਹਨਾਂ ਨੂੰ ਮਾਰ ਹੀ ਦੇਣਾ। ਕਦੇ ਇਹਦੇ ਬਾਰੇ ਸੋਚਿਆ? ਇਸ ਮੁੰਡੇ ਨੂੰ ਤਾਂ ਤੂੰ ਪਿਆਰ ਕਰਦੀ ਹੈ, ਕਿ ਮਾਂ ਬਾਪ ਦੇ ਪਿਆਰ ਨੂੰ ਪਿਆਰ ਹੀ ਨਹੀਂ ਸਮਝਦੀ? 3 ਮਹੀਨਿਆਂ ਦੇ ਪਿਆਰ ਦੀ ਖਾਤਰ ਤੂੰ ਉਹਨਾਂ ਦਾ 20 ਸਾਲ ਦਾ ਪਿਆਰ ਮਿੱਟੀ 'ਚ ਰੋਲ ਕੇ ਚੱਲੀ ਹੈ। ਮੈਨੂੰ ਮਾਫ਼ ਕਰ ਦੇ ਤਾਇਆ ਜੀ, ਮੈਂ ਤੇਰੇ ਨਾਲ ਨਹੀਂ ਜਾ ਸਕਦੀ। ਸ਼ਾਬਾਸ਼ ਬੇਟਾ, ਸ਼ਾਬਾਸ਼, ਮੈਨੂੰ ਤੇਰੇ ਤੋਂ ਇਹੋ ਹੀ ਉਮੀਦ ਸੀ। ਮੈਂ ਤੇਰੇ ਡੈਡੀ ਨਾਲ ਪੱਗ ਵਟਾਈ ਹੋਈ ਹੈ, ਇਸ ਕਰਕੇ ਉਹਦੀ ਇੱਜ਼ਤ, ਉਹਦੇ ਘਰ ਦੀ ਇੱਜ਼ਤ ਮੇਰੇ ਘਰ ਦੀ ਇੱਜ਼ਤ ਹੈ। ਸ਼ਾਬਾਸ਼ ਬੇਟਾ, ਚੱਲ ਘਰ ਚੱਲ। ਪਰ ਤਾਇਆ ਜੀ, ਡੈਡੀ ਜਾਗਦੇ ਹੋਣੇ। ਤੂੰ ਬੇਟਾ ਐਂ ਕਰ, ਇੱਕ ਵਾਰੀ ਮੇਰੇ ਨਾਲ ਮੇਰੇ ਘਰੇ ਚੱਲ। ਜਦੋਂ ਸਾਰੇ ਰਾਤ ਨੂੰ ਸਾਰੇ ਬੰਦੇ ਸੌਂਗੇ, ਸਾਰੇ ਲੋਕ ਸੌਂਗੇ, ਮੈਂ ਤੈਨੂੰ ਤੇਰੇ ਘਰੇ ਛੱਡ ਆਊਂਗਾ। ਚੱਲ ਧੀਏ, ਤੂੰ ਮੇਰੇ ਨਾਲ ਮੇਰੇ ਘਰੇ ਚੱਲ। ਉਹ ਤੇਰੀ ਕੁੜੀ ਸੀ ਜਿਹਨੂੰ ਮੇਰੂ ਸਮਝਾ ਬਜਾ ਕੇ ਆਪਣੇ ਘਰੇ ਵਾਪਸ ਲੈ ਆਇਆ ਸੀ, ਕਿਉਂਕਿ ਇਹਨੇ ਤੇਰੇ ਨਾਲ ਪੱਗ ਵਟਾਈ ਸੀ। ਆ ਮੇਰੀ ਪੱਗ ਆਪਣੇ ਸਿਰ ਤੇ ਰੱਖ ਤੇ ਆਪਣੀ ਪੱਗ ਮੇਰੇ ਸਿਰ ਤੇ ਰੱਖ। ਲੈ ਫਿਰ ਜੈਲਦਾਰਾ, ਜੇ ਇਹ ਗੱਲ ਹੈ, ਅੱਜ ਤੋਂ ਬਾਅਦ ਆ ਮੇਰੀ ਇੱਜ਼ਤ ਤੇਰੇ ਹੱਥ ਹੈ ਤੇ ਤੇਰੀ ਇੱਜ਼ਤ ਮੇਰੇ ਹੱਥ। ਸੰਭਾਲ ਕੇ ਰੱਖੀ ਜੈਲਦਾਰਾ। ਉਹ ਮੇਰੂ, ਅੱਜ ਤੱਕਰ ਆਪਾਂ ਯਾਰ ਸੀ, ਪਰ ਅੱਜ ਤੋਂ ਬਾਅਦ ਆਪਾਂ ਪੱਗ ਵੱਟ ਭਰਾ ਹੋ ਗਏ। ਯਾਰੀ ਹੋਵੇ ਤਾਂ ਮੇਰੂ ਵਰਗੀ, ਇਹਨੂੰ ਕਹਿੰਦੇ ਆ ਪੱਗ ਦੀ ਲਾਜ ਰੱਖਣਾ। ਆਪਾਂ ਇਹਨੂੰ ਐਵੇਂ ਗਲਤ ਸਮਝ ਬੈਠੇ ਸੀ। ਇੱਥੇ ਹੀ ਬਸ ਨਹੀਂ, ਤੁਹਾਨੂੰ ਯਾਦ ਹੋਣਾ ਅੱਜ ਤੋਂ 20 ਸਾਲ ਪਹਿਲਾਂ ਮੇਰੂ ਕਿਸੇ ਦੀ ਕੰਧ ਟੱਪਦੇ ਘਰੇ ਵੜਦਿਆਂ ਦੇਖ ਲਿਆ ਸੀ ਤੇ ਲੋਕਾਂ ਨੇ ਰੌਲਾ ਪਾ ਦਿੱਤਾ ਸੀ। ਉਹਦੀ ਇਹਦੀ ਘਰਵਾਲੀ ਨੂੰ ਛੱਡ ਕੇ ਚਲੀ ਗਈ। ਘਰ ਵਾਲੀ ਨੇ ਤਾਂ ਕੁੜ ਕੇ ਜਾਣਾ ਹੀ ਸੀ, ਇਹਦੀਆਂ ਕਰਤੂਤਾਂ ਹੀ ਇਹੋ ਜਿਹੀਆਂ ਸੀ। ਉਦੋਂ ਵੀ ਗਲਤੀ ਕਿਸੇ ਹੋਰ ਬੰਦੇ ਦੀ ਸੀ ਤੇ 20 ਸਾਲਾਂ ਤੋਂ ਸਜ਼ਾ ਕੋਈ ਹੋਰ ਬੰਦਾ ਭੁਗਤ ਰਿਹਾ। ਇਸ ਚਲਾਕ ਬੰਦੇ ਨੇ ਪੱਗ ਦਾ ਵਾਸਤਾ ਦੇ ਕੇ ਇਸ ਗਰੀਬ ਦਾ ਘਰ ਬਰਬਾਦ ਕਰਤਾ। ਕਿਉਂ ਜੈਲਦਾਰ ਜੀ, ਮੈਂ ਸੱਚ ਕਹਿਣੀ ਆ ਨਾ? ਸਮਝ ਨਹੀਂ ਆਈ ਸਾਨੂੰ ਕੁੜੀਏ, ਕਿਹਦੀ ਗਲਤੀ ਤੇ ਕਿਹਨੂੰ ਸਜ਼ਾ? ਇੱਕ ਪੱਗ ਦੀ ਖਾਤਰ ਮੇਰੂ ਨੇ ਆਪਣਾ ਘਰ ਬਰਬਾਦ ਕਰ ਲਿਆ ਤੇ ਇਹਦੇ ਘਰਵਾਲੀ ਨੂੰ ਛੱਡ ਕੇ ਚਲੀ ਗਈ, ਪਰ ਮੇਰੂ ਨੇ ਇਸ ਰਾਜ ਨੂੰ ਅਜ ਤੱਕ ਰਾਜ ਹੀ ਰੱਖਿਆ। ਮੈਂ ਜੈਲਦਾਰ ਤੇਰਾ ਪੱਗ ਵੱਟ ਭਰਾ, ਮੈਨੂੰ ਤੇਰੀ ਯਾਰੀ ਦਾ ਵਾਸਤਾ, ਪਿੰਡ ਦੇ ਲੋਕ ਮੇਰੇ ਮਗਰ ਲੱਗੇ, ਮੈਨੂੰ ਮਾਰ ਦੇਣਗੇ, ਮੈਨੂੰ ਬਚਾ ਲਾ ਬਾਈ। ਜੈਲਦਾਰਾ, ਉਹ ਮੈਨੂੰ ਪੂਰੀ ਗੱਲ ਤਾਂ ਦੱਸ, ਹੋਇਆ ਕੀ ਹੈ ਤੇ ਹੁਣ ਕਰਨਾ ਕੀ ਹੈ? ਗੱਲ ਦੱਸਣਾ ਸਮਾਂ ਨਹੀਂ ਮੇਰੂ, ਤੂੰ ਆ ਫੜ ਖੇਸੀ ਤੇ ਬਾਹਰ ਜਾ ਕੇ
मेरे बारे किसी नूं दसी ना, तैनूं मेरी पग दा वास्ता। जदों जैलदारा तू पग दा वास्ता पा ही दिता है, तू ऐ पिछले गेट निकल जा, मैं आपे संभाल लूंगा जैलदारा। ऐडा भोला जो बंद है, अजे तेरे उदों दे पिछे लगे हैं जो तू छिंदो के कोठे छाल मारी है। क्यों कोई सी ना कमल, कमल बार खोल, मैं बेकसूर है। वो तो मैंने पता ही है तू किन्ना का बेकसूर है, तेरी सारी करतूतों का मैंने पता लग गया। मैं नहीं हूं इस घर विच दोबारे आना। शर्म कर जैलदारा, किसी का घर पट के सरदारी करता फिरदा। ओ छावा छे जैलदारा, तू तो उन्होंने भले मानस नूं पिंडों ही कढ़ाता सी। हाँ भी जैलदारा, हुण तू आवी सफाई कुछ कहना चाहना है? नहीं सरपंच साहब, ये गड्डिया वाली सच बोल रही है, मैं इतों बहुत वड्डा गुनाह हो गया। मैं कला मेरू का घर ही नहीं बर्बाद किया, इहदी दित्ती हुई पग की लाज भी नहीं रख सकिया, तो मेरू ने मेरी दित्ती हुई पग नूं अपने सिर का ताज बना के रखा, तो मेरे घर की इज्जत नूं अपनी इज्जत समझिया। तुसी सारे जाने मैनू माफ कर दो सरपंच साहब, माफ कर। मैं पूछना चाहती हूँ कौन जिम्मेवार है मेरे सरदार की बर्बाद हुई जिंदगी दा, ते मत्थे ते लगे कलंक दा, ते घरवाली तो प्यार दे बदले मिली नफरत दा, ते समाज विच गुआचे हुए रुतबे दा। दस सकदा है कोई, दे सकदा कोई मेरी इस गल दा जवाब? कुड़िए तेरिया गल्लां तो लगदा है तू किसी चंगे घराने की कुड़ी है, सच सच दस तू है किन्ना दी? मैं ते कोई खास नहीं, मैं ते काम बनजारियां दी कुड़ी हां। मैं तो एक भले मानस बंदे का रुतबा बहाल कर आई सी, इन्हों लोगों ने पहले तो मेहर सिंह धालीवाल तो मेरू बनाता, तो फिर मेरू छड़ा बनाता, तो मैं तो दोबारा मेहर सिंह धालीवाल बना आई सी, तो मेरा मकसद पूरा वै, हुण मैं चली हाँ। सरपंच साहब, मैनू भी बंजारिया की कुड़ी लगती नहीं। हाँ हाँ, ये बंजारिया की कुड़ी नहीं, मैं दसदा कौन है कुड़ी, ये कुड़ी कोई होर नहीं, मेरू दी घरवाली आ कमलजीत कौर, साडा तां सिर्फ इन्हें सहारा ही लिया सी इस गलतफहमी नूं दूर करन वास्ते। सरपंच साहब, ये कुड़ी एक कबीले च एक मकसद लेके आई सी, ते साडे कबीले ने इहदा पूरा साथ दिता, ते मैं इहनूं धी बना के रख्या। कमल तू शुक्र है रब्बा, अज बहुत वड्डा अनर्थ होण तों बच गया। तुहाडा बहुत बहुत धन्नवाद जी, तुसी मेरा इन्ना साथ दिता ते अपनी धी बना के रख्या, जेकर तुसी मेरा साथ ना दिंदे तां साडा अज दुबारे घर नहीं वसणा सी। चंगा धीए, खुशी खुशी अपनी जिंदगी जी। सरदार जी, मेरी एक छोटी जी गलत फहमी करके आपां 20 साल पिछे चले गए। कमल, मैं तां तैनूं एक मिंट भी नहीं भुलिया कदे, हमेशा अपने नाल महसूस किया, पर छोटिया छोटिया गलत फहमिया करके अपने वांग पता नहीं समाज के विच किन्ने घर बर्बाद हो जाते हैं। चल आपां तां पहले ही लेट हाँ, हुण नवें सिरे तों नवीं जिंदगी शुरू करिए। चल कमल,